चिन्ना दे सिरे उत्ते हाथ गो ਬਚਨ 15ਵਾਂ ਸ਼ਬਦ 11ਵਾਂ ਕੋਈ ਮਾਨੋ ਰੇ ਕਹਿਨ ਹਮਾਰੀ ਕੋਈ ਮਾਨੋ ਰੇ ਕਹਿਨ ਹਮਾਰੀ तो हो तो रहा तो है अच्छा है यही पढ़ो कोई मानो रे कहन हमारी आगे पढ़ जो जो कहूं सुनो ਚਿਤ ਦੇ ਕਰ ਗੋ ਕੀ ਕਹੂੰ ਤੁਮਹਾਰੀ ਇਹ ਬਾਣੀ ਸਵਾਮੀ ਜੀ ਮਹਾਰਾਜ ਦੀ ਹੈ ਪਹਿਲੀ ਤੁਕ ਵਿੱਚ ਹੀ ਸਵਾਮੀ ਜੀ ਮਹਾਰਾਜ ਫਰਮਾ ਰਹੇ ਹੈ ਕੋਈ ਮਾਨੋ ਕਹਿਨ ਹਮਾਰੀ ਕੋਈ ਮੇਰਾ ਕੀ ਮਨੋ ਮੈਂ ਜੋ ਜੋ ਵੀ ਤੁਹਾਨੂੰ ਦੱਸਾਂਗਾ ਜੋ ਕਹਾਂਗਾ ਤੁਹਾਡੇ ਹੇਤ ਦਾ ਕਹਾਂਗਾ ਤੁਹਾਡੇ ਫਾਇਦੇ ਵਾਸਤੇ ਕਹਾਂਗਾ ਮੇਸ਼ਾਂ ਵਾਸਤੇ ਸੰਤ ਜਦ ਵੀ ਆਉਂਦੇ ਆ ਉਹ ਜੋ ਕੁਝ ਵੀ ਕਹਿੰਦੇ ਸਾਡੇ ਫਾਇਦੇ ਵਾਸਤੇ ਕਹਿੰਦੇ ਆ ਮਨ ਸਾਡੇ ਵਿੱਚ ਐਸਾ ਕੋਈ ਪਲੇਸ ਲਾਉਂਦਾ ਏ ਬੰਦੇ ਨੂੰ ਇਹ ਜੰਗੀ ਗੱਲ ਵੀ ਬੁਰਾਈ ਆਪਣੇ ਅੰਦਰ ਪਾ ਲੈਂਦਾ ਹੈ ਗਲਤ ਪਾ ਲੈਂਦਾ ਹੈ ਉਹਦਾ ਗਲਤ ਰਿਜ਼ਲਟ ਨਿਕਲਦਾ ਉਹ ਨੂੰ ਗਲਤ ਸੋਚਦਾ ਹੈ ਪਰ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਬਾਣੀ ਵਿੱਚ ਸਤ ਗੁਰੂ ਛਿੜਕੇ ਮਿੱਠਾ ਲੱਗੇ ਆਏ ਪੁਰਸ਼ ਜੀ ਤੈਨੂੰ ਸਤ ਗੁਰੂ ਛਿੜਕਦਾ ਹੈ ਤੇ ਤੈਨੂੰ ਮਿੱਠਾ ਲੱਗਣਾ ਚਾਹੀਦਾ ਹੈ ਫੇਰ ਤੂੰ ਸੋਚਣਾ ਚਾਹੀਦਾ ਕਿ ਕਿਉਂ ਮੈਨੂੰ ਛਿੜਕਿਆ ਕਿ ਆ ਮੇਰੇ 'ਚ ਕੋਈ ਗੁਨਾਹ ਕੋਈ ਗਲਤੀ ਹੈ ਆਪਣੇ ਆਪ 'ਚ ਹੀ ਸੋਚਣਾ ਚਾਹੀਦਾ ਹੈ ਅਗਰ ਗਲਤੀ ਹੈ ਤਾਂ ਉਸ ਗਲਤੀ ਨੂੰ ਛੱਡ ਦੇਣਾ ਚਾਹੀਦਾ ਗਲਤੀ ਨੂੰ ਛੱਡ ਦੇਣਾ ਚਾਹੀਦਾ ਸਾਫ਼ ਹੋ ਜਾਣਾ ਚਾਹੀਦਾ ਇਸੇ ਬਾਅਦ ਸ੍ਰੀ ਸੁਆਮੀ ਜੀ ਮਾਰੇ ਫਰਮਾ ਰਹੇ ਹੈ ਕਿ ਕੋਈ ਸੁਣੋ ਮੇਰੀ ਬਾਤ ਮੈਂ ਤੁਹਾਡੇ ਖੇਦ ਵਾਸਤੇ ਤੁਹਾਡੇ ਪਿਆਰ ਵਾਸਤੇ ਤੁਹਾਡੇ ਫਾਇਦੇ ਵਾਸਤੇ ਜੋ ਕੁਛ ਵੀ ਕਮਾਂਗਾ ਤੁਹਾਡੇ ਫਾਇਦੇ ਵਾਸਤੇ ਕਮਾਂਗਾ ਹਾਂਜੀ ਜੋ ਜੋ ਕਹੂੰ ਸੁਨੋ ਚਿਤ ਦੇ ਕਰ ਗੋਂ ਕੀ ਕਹੂੰ ਤੁਮਾ ਅਗ ਕੈ ਵਿੱਚ ਬੰਧੇ ਤੁਮ ਐ ਐਸੇ ਜੈਸੇ ਸੋਇ ਨਾਨਲਨੀ ਤਾਰੀ ਸੁਆਮੀ ਜੀ ਮਹਾਰਾ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਆ ਹੈ ਕਿ ਜਗਤ ਵਿੱਚ ਤੁਸੀਂ ਐਸੇ ਵਜਿਓ ਜਿਸ ਰਾਂ ਕੁੱਤੇ ਦੀ ਪੂਛ ਜੜੀ ਐ ਉਹ ਕਿਸੇ ਬਾਂਸ ਦੇ ਵਿੱਚ ਪਾ ਦਿਓ ਕਿ ਸਿੱਧੀ ਹੋ ਜਾਏਗੀ ਸਾਲ ਬਾਅਦ ਤੁਸੀਂ ਬਾਹਰ ਕੱਢੋਗੇ ਫੇਰ ਉਹ ਡਿੰਗੀ ਹੈਗੀ ਇਸ ਤਰ੍ਹਾਂ ਤੁਸੀਂ ਜਗਤ ਵਿੱਚ ਵਜਿਆ ਕਦੀ ਵੀ ਤੁਸੀਂ ਇਸ ਜਗਤ ਨੂੰ ਸਿੱਧਾ ਨਹੀਂ ਕਰ ਸਕਦੇ ਕਦੀ ਸਾਫ਼ ਨਹੀਂ ਕਰ ਸਕਦੇ ਨਹੀਂ ਤੁਸੀਂ ਇਹਦੇ ਚੋਂ ਨਿਕਲ ਸਕਦੇ ਅੱਗੇ ਸੁਆਮੀ ਜੀ ਫਰਮਾਉਂਦੇ ਹਾਂ ਹਾਂ ਜੀ ਜਗ ਕੇ بیچ ਬੰਧੇ ਤੂੰ ਐਸੇ ਜੈਸੇ ਸੋਇ ਨਾਨਲਨੀਤਾ ਰੁਕਟ ਸਮ ਤੁਮ ਹੁਏ ਅਨਾੜੀ ਮੁੱਠੀ ਦੀਨ ਫंसाਰੀ ਐ ਪੁਰਸ਼ ਤੁਸੀਂ ਮੁਰਦੇ ਦੀ ਜਗ੍ਹਾ ਬਣ ਗਿਓ ਇੱਕ ਦੀਨ ਵਿੱਚ ਵੱਜ ਗਿਓ ਦੀਨ ਦੁਨੀਆ 'ਚ ਵੱਜ ਗਏ ਕਿ ਨਾ ਦੇਣ ਨਾਲ ਜਾਣਾ ਇਹ ਨਾ ਦੁਨੀਆ ਜਾਣੀ ਨਾ ਕੁਛ ਹੋਰ ਜਾਣਾ ਇਹ ਨਾਲ ਤੁਸੀਂ ਇਸ ਤਰ੍ਹਾਂ ਵੱਜੇ ਪਏ ਹੋ ਤੁਸੀਂ ਮੇਰੀ ਗੱਲ ਸੁਣੋ ਮੇਰੀ ਬਾਤ ਸੁਣੋ ਮੈਂ ਤੁਹਾਡੇ گاਉਂ ਦੀ ਕਹਿ ਰਿਹਾ ਤੁਹਾਡੇ ਫਾਇਦੇ ਵਾਸਤੇ ਕਹਿ ਰਿਹਾ ਕਿ ਮੇਰਾ ਬਚਨ ਮੰਨੋ ਸੇਂਤਾਂ ਦਾ ਬਚਨ ਕੀ ਹੈ ਕਿ ਭਜਨ ਸਿਮਨ ਕਰੋ ਈਸ਼ਵਰ ਦੀ ਭਗਤੀ ਕਰੋ ਨੇਕ ਪਾਗ ਕੰਮ ਕਰੋ ਸਾਥ ਸੰਗਤ ਦੀ ਸੇਵਾ ਕਰੋ ਜਿਹਦੇ ਨਾਲ ਅਸੀਂ ਆਪਣੇ ਦੇਸ਼ ਜਾ ਸਕਦੇ ਐਸ ਕਾਲ ਦੇ ਜਾਲ ਵਿੱਚੋਂ ਅਸੀਂ ਨਿਕਲ ਸਕਦੇ ਹਾਂ ਇਹ ਸਾਰਾ ਸ਼ਬਦ ਸਵਾਮੀ ਜੀ ਮਹਾਰਾਜ ਸਾਡੀ ਮੁਸ਼ਕਲ ਦਾ ਹੀ ਦੱਸਣਗੇ ਕਿ ਤੈਨੂੰ ਕੀ ਕੀ ਮੁਸ਼ਕਲਾਂ ਇਹਦੇ ਵਿੱਚ ਆਉਂਦੀਆਂ ਨੇ ਹਾਂਜੀ ਮਰ ਕਟ ਸਮ ਤੁਮ ਹੋਏ ਅਨਾੜੀ ਮੁੱਠੀ ਦੀਨ ਫंसाਰੀ ਔਰ ਮੀਨਾ ਜੀ ਬਰਸਮਾਤੀ ਜ਼ਿਗਰ ਛੇਦਾਰੀ ਗੁਰੂ ਸਾਹਿਬ ਜੀ ਮੱਛੀ ਦੀ ਮਿਸਾਲ ਦੇ ਰਹੇ ਹੈ ਕਿ ਮੱਛੀ ਇੱਕ ਆਪਣਾ ਸਵਾਦ ਲਾਣ ਵਾਸਤੇ ਜਦੋਂ ਸ਼ਿਕਾਰੀ ਉਹਨੂੰ ਫੜਨਾ ਚਾਹੁੰਦਾ ਹੈ ਉਹ ਕੁੰਡੀ ਜੇ ਨੂੰ ਗੋਸ਼ਟ ਜਾਂ ਆਟਾ ਲਾ ਦਿੰਦਾ ਉਹ ਮੱਛੀ ਉਹ ਸਵਾਦ ਲੈਣ ਵਾਸਤੇ ਮੂੰਹ ਚ ਪਾ ਲੈਂਦੀ ਹੈ ਲੇਕਨ ਉਹ ਕੂਂਡਾ ਕਾਂਡਾ ਜਿਹੜਾ ਹੈ ਉਹਦੇ ਗਲ ਵਿੱਚ ਚੜ ਜਾਂਦਾ ਆਖਰ ਉਸ ਨੂੰ ਹਾਂਡੀਆਂ ਦੇ ਚੜਨਾ ਪੈਂਦਾ ਇਹ ਸਾਡੀ ਮਿਸਾਲ ਗੁਰੂ ਸਾਹਿਬ ਜੀ ਦੇ ਰਹੇ ਨੇ ਕਿ ਅਸੀਂ ਵੀ ਇਸ ਤਰ੍ਹਾਂ ਇਸ ਦੁਨੀਆ ਦੇ ਸਵਾਦਾਂ ਵਿੱਚ ਫਸੇ ਆਂ ਔਰ ਇੱਕ ਦਿਨ ਸਾਡੇ ਤੇ ਉਹ ਆ ਜਾਣਾ ਕਿ ਅਸੀਂ ਉਸ ਮੱਛੀ ਦੀ ਤਰ੍ਹਾਂ ਤੜਫਣਾ ਹੈ ਮੱਛੀ ਦੀ ਤਰ੍ਹਾਂ ਸਾਡੀ ਹਾਲਤ ਹੋਣੀ ਹੈ ਹਾਂਜੀ और मीना जी रसमती कांटा जगर गज समूरख हुअ इस बन में ਝੂਠੀ ਹੱਥ ਨਹੀਂ ਦੇਖ ਬੰਦਾਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ ਇਸ ਸੰਸਾਰ ਬੰਦੇ ਵਿੱਚ ਅਸੀਂ ਇਸ ਤਰ੍ਹਾਂ ਫਸੇ ਆ ਇਸ ਤਰ੍ਹਾਂ ਸਾਨੂੰ ਕਾਲ ਪਕੜ ਲੈਂਦਾ ਏ ਜਦੋਂ ਕਿਸੇ ਹਾਥੀਆਂ ਨੂੰ ਫੜਨਾ ਹੁੰਦਾ ਏ ਤੋ ਝੂਠੀ ਨਕਲੀ ਆਸਣੀ ਬਣਾ ਕੇ ਜੰਗਲ ਵਿੱਚ ਛੱਡ ਦਿੰਦੇ ਐ ਜੰਗਲ ਵਿੱਚੋਂ ਹਾਥੀ ਜਦੋਂ ਆਉਂਦੇ ਐ ਉਹ ਫੜੇ ਜਾਂਦੇ ਐ ਉਹਨਾਂ ਦੀ ਕੁੰਡੀ 'ਚ ਫਸ ਜਾਂਦੇ ਐ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਐ ਫਿਰ ਉਹਨਾਂ ਨੂੰ ਮਾਰਾ ਖਾਣਾ ਪੈਂਦੀ ਐ ਉਹਨਾਂ ਨੂੰ ਕੈਦ ਹੋਣਾ ਪੈਂਦਾ ਐ ਉਹ ਜਾਦੀ ਨਹੀਂ ਮਿਲ ਸਕਦੀ ਇਸ ਤਰੀਕੇ ਨਾਲ ਅਸੀਂ ਵੀ ਇੱਥੇ ਝੂਠੀ ਜੀ ਦੇ ਨਾਲ ਪਿਆਰ ਪਾਇਆ ਔਰ ਸੱਚੀ ਚੀਜ਼ ਹੈ ਇਹ ਛੱਡ ਦਿੱਤੀ ਹੈ ਅਸੀਂ ਉਸ ਹਾਸੀ ਦੀ ਤਰ੍ਹਾਂ ਮਾਰ ਖਾਵਾਂਗੇ ਕਿੱਡਾ ਵੱਡਾ ਜਾਨਵਰ ਹੁੰਦਾ ਹੈ ਕਿਤਨਾ ਬਲ ਹੁੰਦਾ ਉਹਦੇ ਵਿੱਚ ਕਦੀ ਤੁਸੀਂ ਸਰਗਸਾਂ 'ਚ ਦੇਖਿਆ ਹੋਵੇਗਾ ਕਿਸ ਤਰ੍ਹਾਂ ਉਹਨਾਂ ਕੋਲੋਂ ਨਾਚ ਕਰਾਉਂਦੇ ਐ ਕਿਸ ਤਰੀਕੇ ਨਾਲ ਨਾਚ ਕਰਾਉਂਦੇ ਆ ਉਹਨਾਂ ਕੋਲ ਔਰ ਕਿਸ ਤਰ੍ਹਾਂ ਪਿੰਜਰਿਆਂ 'ਚ ਬੰਦ ਕੀਤੇ ਹੁੰਦੇ ਐ ਉਹ ਜਾਦੀ ਨਹੀਂ ਉਹਨਾਂ ਨੂੰ ਮਿਲਦੀ ਇਸੇ ਤਰ੍ਹਾਂ ਅਸੀਂ ਜੀਵ ਵੀ ਇੱਥੇ ਨਕਲੀ ਚੀਜ਼ਾਂ ਦੇ ਦੇਖ ਕੇ ਮੋਹਤ ਹੋ ਗਏ ਆ ਇਹ ਸਭ ਕੋਈ ਨਕਲੀ ਚੀਜ਼ਾਂ ਦੇ ਮੋਹਤ ਹੋ ਜਾਂ ਸੀ ਜਿਹੜੀਆਂ ਹਮੇਸ਼ਾ ਵਾਸਤੇ ਸਾਡੇ ਪਾਸ ਨਹੀਂ ਰਹਿਣੀਆਂ ਨਾ ਅਸੀਂ ਇਹਨਾਂ ਪਾਸ ਰਹਿਣਾ ਨਾ ਹੀ ਨਾ ਸਾਡੇ ਪਾਸ ਰਹਿਣਾ ਇਹਨਾਂ ਤੇ ਅਸੀਂ ਮੋਹਤ ਹੋ ਗਏ ਅਸਲੀ ਚੀਜ਼ ਜੋ ਉਸ ਨਾਮ ਹੈ ਈਸ਼ਵਰ ਦੀ ਭਗਤੀ ਹੈ ਉਹ ਅਸੀਂ ਛੱਡ ਦਿੱਤੀ ਹੈ ਉਦੇ ਵਾਲਾ ਸਾਡਾ ਕੋਈ ਧਿਆਨ ਨਹੀਂ ਨਕਲ ਵਾਲਾ ਸਾਡਾ ਧਿਆਨ ਹੈਗਾ ਅਸਲ ਵਾਲ ਸਾਡੇ ਵਾਸਤੇ ਟਾਈਮ ਹੀ ਨਹੀਂ ਹਰ ਬੰਦੇ ਕੋਲ ਟਾਈਮ ਨਹੀਂ ਆਪਣੇ ਕੰਮ ਵਾਸਤੇ ਆਪਣੇ ਪੈਦੇ ਵਾਸਤੇ ਕੋਈ ਟਾਈਮ ਨਹੀਂ ਗੁਰੂ ਸਾਹਿਬ ਜੀ ਜੋ ਬਾਣੀ ਚ ਫਰਮਾ ਰਹੇ ਠੀਕ ਫਰਮਾ ਰਹੇ ਉਥੇ ਹਾਰਦੀ ਦੀ ਤਰ੍ਹਾਂ ਸਾਨੂੰ ਵੀ ਮਾਰ ਖਾਣਾ ਪੈਗੀ ਐਸ ਬੰਦ ਦੇ ਵਿੱਚ ਇਹ ਸੰਸਾਰ ਇੱਕ ਬਣ ਹੈ। ਇਹ ਇੱਕ ਜੰਗਲ ਹੈ। ਜਦ ਅਸੀਂ ਇਸ ਜੰਗਲ ਚ 84 ਵੀ ਚਲਾ ਜਾਵਾਂਗੇ। 84 ਫਿਰ ਮੁੱਕਣੀ ਨਹੀਂ। ਮੁੱਕਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕਈ ਵਾਰ ਅੱਗੇ ਵੀ ਦੱਸਿਆ ਕਿ 30 ਲੱਖ ਕਿਸਮ ਦੇ ਸਿਰਫ ਦਰਖਤ ਨੇ। ਔਰ ਅਮਰੀਕਾ ਵਿੱਚ ਅਸੀਂ ਇੱਕ ਵਾਰ ਗਏ। ਉੱਥੇ ਇੱਕ ਬੰਦੇ ਨੇ ਦੱਸਿਆ ਇਥੇ ਇੱਕ ਦਰਖਤ ਹੈ ਜਿਹਦੇ ਵਿੱਚੋਂ ਦੀ ਇਹ ਨਹੀਂ ਪਤਾ ਪੋੜ ਕਿਸ ਤਰ੍ਹਾਂ ਹੋਇਆ ਉਹਦੇ ਵਿੱਚੋਂ ਦੀ ਸ਼ੜਕ ਨਿਕਲੀ ਹੈ ਤੇ ਦਰਖਤ ਖੜਾ ਹੈ ਤੁਸੀਂ ਇਹ ਵਿਚਾਰ ਕਰੋ ਕਿ ਜਿਹਦੇ ਵਿੱਚੋਂ ਦੀ ਸ਼ੜਕ ਨਿਕਲੀ ਹੈ ਗੱਡੀਆਂ ਮੋਟਰਾਂ ਚਲਦੀਆਂ ਹੋਣਗੀਆਂ ਉਹ ਕਿਤਨੇ ਸਾਲਾਂ ਦਾ ਦਰਖਤ ਹੋਏਗਾ ਤੇ ਕਿਤਨਾ ਦੁੱਖ ਹੋਏਗਾ ਉਸ ਨੂੰ ਸਾਡੇ ਕੋਲ ਜਰਮਾਸਾ ਕੋਈ ਛੇੜ ਹੁੰਦੀ ਤੇ ਸਾਨੂੰ ਨੀਂਦ ਨਹੀਂ ਪੈਂਦੀ ਜਿਹਦੇ ਵਿੱਚੋਂ ਦੀ ਗੱਡੀਆਂ ਲੰਘਦੀਆਂ ਹੋਣਗੀਆਂ ਕਿ ਆ ਉਹ ਸੌਂਦਾ ਹੋਏਗਾ ਆਰਾਮ ਦੀ ਹਰ ਇੱਕ ਚੀਜ਼ ਨੂੰ ਜ਼ਰੂਰਤ ਹੈ ਦਰਖਤਾਂ ਨੂੰ ਵੀ ਜ਼ਰੂਰਤ ਹੈ ਪਸ਼ੂਆਂ ਨੂੰ ਵੀ ਜ਼ਰੂਰਤ ਹੈ ਤੁਸੀਂ ਦੇਖੋ ਰਾਤ ਦੇ ਸਮੇਂ ਪਸ਼ੂ ਵੀ ਸੁੱਤੇ ਹੁੰਦੇ ਐ ਪਰਿੰਦੇ ਵੀ ਸੁੱਤੇ ਹੁੰਦੇ ਐ ਕੁੱਤੇ ਬਿੱਲੇ ਵੀ ਸੁੱਤੇ ਹੁੰਦੇ ਐ ਬ੍ਰਿਸ਼ ਜਿਹੜੇ ਐ ਇਹਨਾਂ ਨੂੰ ਵੀ ਸੌਣ ਦੀ ਇਹਨਾਂ ਨੂੰ ਵੀ ਆਰਾਮ ਦੀ ਜ਼ਰੂਰਤ ਹੈ ਕੀ ਆ ਉਸ ਨੂੰ ਨਾਮ ਹੁੰਦਾ ਹੋਏਗਾ ਇੱਕ ਜਨਮ ਜਿਹੜਾ ਭੋਗਤਿਆ ਨਹੀਂ 30 ਲੱਖ ਕਿਸਮ ਦੇ ਦਰਖਤ 27 ਲੱਖ ਕਿਸਮ ਦੇ ਕੀੜੇ ਮਕੋੜੇ ਕੀ ਹਾਲਤ ਇਹਨਾਂ ਦੀ ਕਈ ਵਾਰ ਸੋਚਿਆ ਬੜਾ ਅਫਸੋਸ ਆਉਂਦਾ ਕੀੜਿਆਂ ਦੇ ਰੋਡਾਂ 'ਚ ਬੱਦਲ ਜਦੋਂ ਪੈਂਦਾ ਹੈ ਪਾਣੀ ਪੈ ਜਾਂਦਾ ਹਜ਼ਾਰਾਂ ਬੱਚੇ ਉਹਨਾਂ ਦੇ ਰੁੱੜ ਜਾਂਦੇ ਹਜ਼ਾਰਾਂ ਬੱਚੇ ਮਰ ਜਾਂਦੇ ਹੈਗੇ ਕਿੰਨਾ ਦੁੱਖ ਹੈ ਹਰ ਇੱਕ ਜੀਵ ਨੂੰ ਦੁੱਖ ਦਾ ਬਿਜੋਗ ਲੱਗ ਰਿਹਾ ਹੈ ਹਰ ਇੱਕ ਜੀਵ ਰੋਂਡਿਆ ਹੈ ਹਜ਼ੂਰ ਕੇਵਾਰ ਫਰਮਾਉਂਦੇ ਹੁੰਦੇ ਕਿ ਚੀੜੀ ਦੇ ਆਲੜੇ ਚ ਬੋਟ ਡਿਗ ਪੈਂਦਾ ਹੈ ਉਹ ਕਹਿੰਦੇ ਨਾ ਜੋਗਣੀ ਚੁਗਦੀ ਉਹ ਵੀ ਚੋਂ ਚੋਂ ਕਰਦੀ ਰੋਂਦੀ ਆ ਉਹ ਪਸ਼ੂ ਦਾ ਕੋਈ ਬੱਚਾ ਮਰ ਜਾਂਦਾ ਹੈ ਪਸ਼ੂ ਦੁੱਧ ਨਹੀਂ ਦਿੰਦਾ ਕਦੀ ਧਿਆਨ ਨਾਲ ਤੁਸੀਂ ਦੇਖੋ ਦੀਆਂ ਅੱਖਾਂ ਚੋਂ ਪਾਣੀ ਵਗਦਾ ਹੈ ਉਹ ਵੀ ਰੋਂਦਾ ਹੈਗਾ ਹਰ ਇੱਕ ਜੀਵ ਨੂੰ ਇੱਥੇ ਬਯੋਗ ਲੱਗਦਾ ਹੈ ਪਰ ਕਰਮ ਕੀ ਕਰੇ ਜੋ ਕਰਮ ਕੀਤਾ ਸੋ ਭੋਗਤਣਾ ਹੈ ਉਹ ਗੁਰੂ ਸਾਹਿਬ ਜੀ ਬਾਣੀ ਚ ਫਰਮਾ ਰਹੇ ਨੇ ਐ ਮੂਰਖ ਤੂੰ ਕਿਉਂ ਇੱਥੇ ਵੱਜਾਂ ਹਾਲਤ ਦੱਸ ਦਿੱਤੀ ਹੈ ਇੱਕ ਮੱਛੀ ਦੀ ਵੀ ਹਾਲਤ ਦੱਸੀ ਹੈ ਕੁੱਤੇ ਦੀ ਹਾਲਤ ਦੱਸੀ ਹੈ ਮਛੀ ਦੇ ਦਸੀਏ ਸਵਾਦ ਲਾ ਲਿਆ ਸਵਾਦ ਵਾਸਤੇ ਮੂੰਹ ਵਾਗਿਆ ਲੇਕਿਨ ਸਵਾਦ ਲੱਗਾ ਨਹੀਂ ਫਸ ਗਈ ਉਹ ਕਾਂਡਾ ਗੱਲ 'ਚ ਫਸ ਗਿਆ ਹਾਂਡੀਆਂ ਤੇ ਚੜਨਾ ਪਿਆ ਆਪ ਸਵਾਦ ਵਾਸਤੇ ਮੂੰਹ 'ਚ ਪਾਇਆ ਲੇਕਿਨ ਆਪਣਾ ਸਵਾਦ ਮੁੱਕ ਗਿਆ ਦੂਸਰੇ ਨੇ ਉਹਦਾ ਸਵਾਦ ਲਾ ਲਿਆ ਜ਼ਿੰਦਗੀ ਬਰਬਾਦ ਕਰ ਦਿੱਤੀ ਇਸੇ ਤਰ੍ਹਾਂ ਹਾਥੀ ਦੀ ਮਸਾਲ ਦੇ ਰਹੇ ਗੁਰੂ ਸਾਹਿਬ ਜੀ ਕਿ ਜਦੋਂ ਜੰਗਲਾਂ ਦੇ ਵਿੱਚ ਹਾਥੀਆਂ ਨੂੰ ਫੜਨਾ ਪੈਂਦਾ ਹੈ ਤਾਂ ਜੰਗਲੀ ਆ ਹਾਥੀ ਆਸਣੀ ਬਣਾ ਕੇ ਇਸ ਤਰ੍ਹਾਂ ਕਾਗਜ਼ਾਂ ਪੱਤਰਾਂ ਦੀ ਨਕਲੀ ਆਸਣੀ ਰੱਖ ਦਿੰਦੇ ਐ ਤਾਂ ਹਾਥੀ ਜੰਗਲ ਵਿੱਚੋਂ ਨਿਕਲਦੇ ਐ ਉਹਨਾਂ ਫਾਇਲਾਈ ਹੁੰਦੀ ਹੈ ਫੜ ਲੈਂਦੇ ਐ ਫੇਰ ਕੀ ਹਾਲਤ ਆਉਂਦੀ ਐ ਫਿਰ ਉਹਨਾਂ ਨੂੰ ਜਾਦੀ ਨਹੀਂ ਮਿਲਦੀ ਫਿਰ ਕੈਦ ਹੋਣਾ ਪੈਂਦਾ ਹੈਗਾ ਪਿੰਜਰਿਆਂ 'ਚ ਪੈਣਾ ਪੈਂਦਾ ਹੈਗਾ ਇਹ ਹਾਲਤ ਸਾਡੀ ਅਸੀਂ ਵੀ ਇਸੇ ਤਰ੍ਹਾਂ ਇੱਥੇ ਫਸੇ ਆ ਸਾਨੂੰ ਵੀ ਇੱਕ ਦਿਨ ਫਿਰ 84 'ਚ ਜਾਣਾ ਪੈਣਾ ਔਰ 84 ਦੇ ਕੁੱਤੇ ਬਿੱਲੇ ਕੀੜੇ ਮਕੋੜੇ ਪਸ਼ੂ ਪੰਛੀਂਦੇ ਬੂਤ ਪਰੇਤ ਸਾਨੂੰ ਬਣਨਾ ਪੈਣਾ ਕੀ ਹਾਲਤ ਹੋਗੀ ਸਾਡੀ ਉਹਨੇ ਸਾਨੂੰ ਫੋਨ ਇੱਕ ਆਇਆ ਇਹ ਭੂਤ ਪ੍ਰੇਤ ਵੀ ਜਿਹੜੇ ਨੇ ਇਹ ਪਸ਼ੂਆਂ ਨੂੰ ਜਾਂ ਇਨਸਾਨਾਂ ਨੂੰ ਹੀ ਇਹਨਾਂ ਕੋਲ ਹੀ ਰਹਿੰਦੇ ਆ ਬਾਕੀ ਨਹੀਂ ਹੋਰ ਕਿਸੇ ਦਾ ਇਹਨਾਂ ਦਾ ਕਨੈਕਸ਼ਨ ਉਹਨੇ ਫੋਨ ਆਇਆ ਅਮਰੀਕਾ ਤੋਂ ਕਿ ਡੇਰੇ ਗਏ ਅਸੀਂ 2 ਸਾਲ ਠੀਕ ਰਹੀ ਇਹ ਲੜਕੀ ਉਹ ਹੁਣ ਫੇਰ ਉਹੋ ਹੀ ਹਾਲ ਹੋ ਗਏ ਉਹ ਜਿਹੜੀਆਂ ਚੀਜ਼ਾਂ ਉਹਨੂੰ ਚੰਬੜੀਆਂ ਉਹ ਫੇਰ ਫੇਰ ਆ ਗਈਆਂ ਉਹਨੂੰ ਕਿਹਾ ਹੀ ਕਿ ਤੂੰ ਹੁਣ ਰਾਜੀ ਹੋਈ ਏ ਤੂੰ ਹੁਣ ਭਜਨ ਕਰੀ ਇਹ ਭਜਨ ਕਰੇਗੀ ਤੇ ਫਿਰ ਤੇਰੇ ਲਾਗੇ ਕੁਝ ਨਹੀਂ ਆ ਸਕਦਾ ਪਰ ਅਸੀਂ ਭੁੱਲ ਜਾਨੇ ਆਈ ਸੋਚਨੇ ਆ ਅਸੀਂ ਹੁਣ ਰਾਜੀ ਹੋ ਗਿਆਂ ਹੁਣ ਕਿਹੜਾ ਸਾਡੇ ਕੋਲ ਆਉਣਾ ਕਿਸੇ ਨੇ ਜਦੋਂ ਅਸੀਂ ਭਜਨ ਨਹੀਂ ਕੀਤਾ ਗਿਆ ਫਿਰ ਉਹ ਆ ਗਈ ਹੁਣ ਫਿਰ ਫੋਨ ਆਇਆ ਉਹੋ ਹੀ ਹਾਲ ਹੋ ਗਿਆ ਸੇ ਇਹ ਚੀਜ਼ਾਂ ਸਾਡੇ ਨਾਲ ਨੇ ਇਨਾ ਦਾ ਸੰਜੋਗ ਅਨਸਾਨਾਂ ਦੇ ਨਾਲ ਜਾਂ ਪਸ਼ੂਆਂ ਨਾਲ ਹੋਰ ਕਿਸੇ ਨਾਲ ਨਹੀਂ ਆਏਗਾ ਲੇਕਿਨ ਮਰ ਕੇ ਅਸੀਂ ਬਗੈਰ ਨਾਮ ਦੇ ਇਹ ਚੀਜ਼ਾਂ ਬਣਨਾ ਹੈਗਾ ਔਰ ਕਰ ਕਰ ਤੱਕੇ ਖਾਣੇ ਹੈਗੇ ਹਾਂਜੀ ਗਾ ਸਮਮੁਰਖ ਹੋਏ ਇਸਰ ਬਣ ਹੱਥ ਨਹੀਂ ਦੇਖ ਬੰਦਾਰੀ ਝੂਠੀ ਅਸਨ ਆਧਣੀ ਦੇਖ ਕੇ ਜੰਗਲ ਵਿੱਚੋਂ ਨਿਕਲ ਕੇ ਆ ਗਿਆ ਵੱਜ ਗਿਆ ਉਹ ਝੂਠ ਦੇ ਵਿੱਚ ਵੱਜ ਗਿਆ ਅਸੀਂ ਵੀ ਇੱਥੇ ਝੂਠੇ ਸੰਸਾਰ ਦੇ ਵਿੱਚ ਝੂਠੀਆਂ ਚੀਜ਼ਾਂ ਦੇ ਨਾਲ ਪਿਆਰ ਪਾ ਕੇ ਅਸੀਂ ਵੀ ਇੱਥੇ ਵੱਜ ਜਾਂਦੇ ਹਾਂ ਝੂਠੀਆਂ ਚੀਜ਼ਾਂ ਨਾਲ ਪਿਆਰ ਪਾ ਲਿਆ ਸੱਚੀ ਚੀਜ਼ ਨਾਲ ਅਸੀਂ ਪਿਆਰ ਨਹੀਂ ਪਾਉਂਦੇ ਸੱਚੀ ਚੀਜ਼ ਹੈ ਈਸ਼ਵਰ ਦਾ ਨਾਮ ਸਾਧ ਸੰਗਤ ਦੀ ਸੇਵਾ ਔਰ ਸਾਧ ਸੰਗ ਜਿਹਦੇ ਨਾਲ ਸਾਡੀ ਕਲਿਆਣ ਹੋਣੀ ਹੈ ਅਸੀਂ ਉਹ ਕਰਦੇ ਨਹੀਂ ਉਹਦੇ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ ਜੇ ਟਾਈਮ ਨਹੀਂ ਤੇ ਸਾਨੂੰ ਸੁੱਖ ਵੀ ਨਹੀਂ ਮਿਲ ਸਕਦਾ ਸਾਨੂੰ ਟਾਈਮ ਲਾਣਾ ਪਏਗਾ ਅਗਰ ਨਹੀਂ ਤੇ ਸੁਖ ਨਹੀਂ ਸੋ ਕਿੱਥੋਂ ਲੈਵਾਂਗੇ ਸੁਖ ਵਾਲਾ ਰਸਤਾ ਛੱਡ ਦਿੱਤਾ ਸੁਖ ਦਾ ਰਸਤਾ ਜਿਹੜਾ ਸਾਡਾ ਚਲਾ ਗਿਆ ਸੁਖ ਦਾ ਰਸਤਾ ਇਹੀ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਾਣੀ 'ਚ ਫਰਮਾਇਆ ਨਾਨਕ ਦੁਖੀ ਆ ਸਭ ਸੰਸਾਰ ਸਾਰੇ ਸੰਸਾਰ ਵਿੱਚੇ ਰਾਜੇ ਮਹਾਰਾਜੇ ਸ਼ੌਕਰ ਸੇਠ ਬੜੇ-ਬੜੇ ਅਰਵਾ ਪਾਤੀ ਗਰੀਬ ਮੇਰ ਵਿੱਚ ਆ ਗਏ ਕੌਣ ਸੁਖੀ ਆ ਜੋ ਨਾਮ ਹੁਦਾਰ ਜੋ ਈਸ਼ਵਰ ਦੀ ਭਗਤੀ ਕਰੇਗਾ ਉਹ ਸੁਖੀ ਆ ਬਾਕੀ ਸਾਰੇ ਹੀ ਦੁਖੀ ਐ ਨੇ ਹਜ਼ੂਰ ਜਰਮ ਸਾਖੀ ਜੀ ਦੱਸਿਆ ਹੈ ਕਿ ਗੁਰੂ ਸਾਹਿਬ ਜੀ ਇੱਕ ਸ਼ਹਿਰ ਦੇ ਵਿੱਚੋਂ ਲੰਘੇ ਪੜੇ ਬੜੇ ਦੁਕਾਨਾਂ ਸਨ ਬਾਰ ਜਾ ਕੇ ਡੇਰਾ ਲਾ ਲਿਆ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ਇਹ ਸ਼ਹਿਰ ਦੇ ਲੋਕ ਬੜੇ ਸੁਖੀਏ ਨੇ ਬੜੀਆਂ ਬੜੀਆਂ ਦੁਕਾਨਾਂ ਨੇ ਇਹ ਗੱਡੀਆਂ ਤੇ ਬੈਠੇ ਐ ਨੌਕਰ ਚਾਕਰ ਕੰਮ ਕਰ ਰਹੇ ਐ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਜਾ ਸ਼ਹਿਰ ਦੇ ਵਿੱਚ ਕੋਈ ਸੁਖੀਆ ਲਿਆ ਜਿਹੜਾ ਕੋਈ ਸੁਖੀ ਆਉ ਸਾਡੇ ਪਾਸ ਲਿਆ ਮਰਦਾਨਾ ਸ਼ਹਿਰ ਵੀ ਚਲਾ ਗਿਆ ਇੱਕ ਸ਼ੌਕਰ ਦੇਖਿਆ ਦੁਕਾਨਦਾਰ ਆਪਣੀ ਗਦੀ ਤੇ ਬੈਠਾ ਔਰ ਨੌਕਰ ਜਾ ਕੇ ਜਿਹੜੇ ਉਹਦੇ ਸਮਾਨ ਵੇਚ ਰਹੇ ਸੀ ਉਹਨੂੰ ਕਿਹਾ ਸ਼ਾਜੀ ਮੇਰੇ ਗੁਰੂ ਸਤਗੁਰ ਤੁਹਾਨੂੰ ਬੁਲਾਉਂਦੇ ਐ ਤੁਸੀਂ ਚਲੋ ਪੁੱਛਿਆ ਉਸਨੇ ਵੀ ਕਿਸ ਵਾਸਤੇ ਬੁਲਾਉਂਦੇ ਐ ਮੈਂ ਕਿਹਾ ਜੀ ਸਿਫਤ ਕੀਤੀ ਐ ਸ਼ਹਿਰ ਦੀ ਕਿ ਸ਼ਹਿਰ ਦੇ ਲੋਕ ਬਹੁਤ ਸੁਖੀ ਐ ਨੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਜਾ ਜਿਹੜਾ ਸੁਖੀ ਆ ਉਹ ਲਿਆ ਤੇ ਮੈਂ ਤੁਹਾਨੂੰ ਸੁਖੀ ਐ ਸਮਝਦਾ ਪਰ ਉਹ ਸਾਰਿਆਂ ਤੋਂ ਦੁਖੀ ਐ ਸੀ ਸਾਰੇ ਸੰਸਾਰ ਤੋਂ ਦੁਖੀ ਐ ਸੀ ਚਲਾ ਗਿਆ ਜਦ ਗੁਰੂ ਸਾਹਿਬ ਦੇ پاس ਕੇ ਪੁੱਛਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ शाह जी क्या तुम सुखी हो कह जी नहीं मेरे वर्गा शायद तो दुनिया च कोई दुखिया हो या नहीं पुछया कि की दुख है मेरी औरत बीमार हो गई नौजवान सी उस वक्त ਮੈਂ ਰੋਣ ਲੱਗਾ ਉਹਦੇ ਮੋਹ ਦੇ ਵਿੱਚ ਉਸਨੇ ਕਿਹਾ ਸ਼ਾਜੀ ਤੁਹਾਡੇ ਕੋਲ ਮਾਇਆ ਬਹੁਤ ਹੈ ਤੁਸੀਂ ਹੋਰ ਸ਼ਾਦੀ ਕਰ ਲੈਣੀ ਮੈਂ ਉਸ ਨੂੰ ਕਿਹਾ ਕਿ ਨਹੀਂ ਮੈਂ ਨਹੀਂ ਸ਼ਾਦੀ ਕਰਨੀ ਉਸਨੇ ਕਿਹਾ ਮੈਨੂੰ ਕੀ ਗਾਰੰਟੀ ਹੈ ਮੈਂ ਉਸ ਦੇ ਮੋਹ ਵਿੱਚ ਉਹਦੇ ਪਿਆਰ ਵਿੱਚ ਆਪਣੀ ਖੋਦ ਕਸ਼ੀ ਕਰ ਦਿੱਤੀ ਖੋਦ ਕਸ਼ੀ ਕਰ ਦਿੱਤੀ ਮਹਾਰਾਜ ਹੁੰਦੀ ਹੁੰਦੀ ਉਹ ਰਾਜੀ ਹੋ ਗਈ ਮਾਪੁਰਖੋ ਹੁਣੋਂ ਤੁਰੀ ਫਿਰਦੀ ਐ ਬਾਹਰ ਮੈਨੂੰ ਇਤਨਾ ਦੁੱਖ ਹੈ ਮੈਨੂੰ ਇਨਾ ਦੁੱਖ ਹੈ ਕਿ ਮੈਂ ਕਹਿੰਨਾ ਕਿ ਜ਼ਮੀਨ ਮੈਨੂੰ ਵੇਲ ਦੇਵੇ ਤੇ ਮੈਂ ਵਿੱਚ ਚਲੇ ਜਾਵਾਂ ਇਤਨਾ ਮੈਂ ਦੁਖੀ ਹੈਗਾ ਗੁਰੂ ਸਾਹਿਬ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਇਹ ਤੂੰ ਸੁਖਿਆ ਲੈਂਦਾ ਐ ਤੇ ਇਹ ਹਾਲ ਇਸ ਦਾ ਹੈ ਤੇ ਜੇ ਕੋਈ ਤੂੰ ਦੁਖੀਆ ਲਿਆਵੇਂਗਾ ਤਾਂ ਫੇਰ ਕੀ ਹੋਊਗਾ ਫੇਰ ਕੀ ਹੋਊਗਾ ਉਥੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਹੁਦਾ। ਮਰਦਾਨਿਆ ਸਾਰਾ ਸੰਸਾਰ ਦੁਖੀਆ ਹੈ। ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਹੈ। ਸੁਖ ਦੇ ਦੁੱਖ ਦੇ ਬਿਨਾ ਕੋਈ ਇਨਸਾਨ ਨਹੀਂ ਕੌਣ ਸੁਖੀ ਹੈ ਜੋ ਈਸ਼ਵਰ ਦੀ ਭਗਤੀ ਕਰੇਗਾ ਮਾਲਕ ਤੇ ਵਿਸ਼ਵਾਸ ਹੋ ਜਾਏਗਾ ਸੰਦੋਖ ਆ ਜਾਏਗਾ ਉਹ ਮਾਲਕ ਤੇ ਵਿਸ਼ਵਾਸ ਕਰੇਗਾ ਉਹ ਸੁਖ ਲੈ ਜਾਏਗਾ ਬਾਕੀ ਕੋਈ ਸੁਖ ਨਹੀਂ ਉਹ ਆਪਣੇ ਘਰ ਚਲਾ ਜਾਏਗਾ ਉਹਦੀ ਕਲਿਆਣ ਹੋ ਜਾਏਗੀ ਉਹ 84 ਵਿੱਚ ਨਹੀਂ ਜਾਏਗਾ ਬਾਕੀ ਸਭ ਦੁੱਖਾਂ ਦੇ ਵਿੱਚ ਫਸੇ ਹੈ ਉਹ ਜੋ ਸੰਤਮਾ ਪੁਰਖ ਕਹਿੰਦੇ ਐ ਉਹ ਦੇਖ ਕੇ ਕਹਿੰਦੇ ਉਹਨਾਂ ਨੂੰ ਸਭ ਪਤਾ ਹੈਗਾ ਉਹ ਦੇਖਦੇ ਸਾਡੀਆਂ ਹਾਲਤਾਂ ਦੇਖ ਕੇ ਫਿਰ ਉਹ ਕਹਿੰਦੇ ਹੈਗੇ ਉਹ ਝੂਠ ਨਹੀਂ ਬੋਲਦੇ ਤੇ ਨਾ ਝੂਠ ਹੈਗਾ ਅਸੀਂ ਆਪਣੇ ਆਪ 'ਚ ਸੋਚ ਲਈਏ ਸਾਰੇ ਸੰਸਾਰ ਵਾਲ ਦੇਖ ਲਈਏ ਕੀ ਹਾਲਤ ਹੈ ਸਾਡੀ ਕਿਸ ਤਰ੍ਹਾਂ ਕੀ ਸੁੱਖ ਸਾਨੂੰ ਮਿਲ ਰਿਹਾ ਹੈ ਆ ਰਹਿ ਕਰਨsaan ਜਿਹੜਾ ਦੁਖੀ ਹੈਗਾ ਲੇਕਿਨ ਨਾਮ ਦੇ ਬਿਨਾ ਵਿਚਾਰ ਦੇ ਬਿਨਾ ਸਾਡੇ ਅੰਦਰ ਵਿਚਾਰ ਨਹੀਂ ਉਹ ਨਾਮ ਨਹੀਂ ਅਸੀਂ ਪਰਮਾਤਮਾ ਦੀ ਭਗਤੀ ਕਰੀਏ ਸੰਦੋਹ ਕਰੀਏ ਆਪਣੇ ਵਕਤ ਨੂੰ ਲੰਗਾਈਏ ਅਸੀਂ ਸੋਚੀਏ ਨਾ ਕੁਝ ਵੀ ਜਦੋਂ ਅਸੀਂ ਸੋਚਦੇ ਹਾਂ ਸਾਡੇ ਅੰਦਰ ਬੇਸ਼ੰਮਾਰ ਸੋਚਾਂ ਪੈ ਜਾਂਦੀਆਂ ਇੱਕ ਦੀਆਂ ਕਈ ਬਣ ਜਾਂਦੀਆਂ ਹੈਗੀਆਂ ਤੇ ਸੰਤ ਇਹ ਹੀ ਕਹਿੰਦੇ ਐ ਕਿ ਤੁਸੀਂ ਇੱਕੋ ਸੋਚ ਕਰੋ ਪ੍ਰਭੂ ਦੇ ਮਿਲਣ ਦੀ ਈਸ਼ਵਰ ਦੇ ਮਿਲਣ ਦੀ ਸੋਚ ਕਰੋ ਬਾਕੀ ਸੋਚਾਂ ਦਾ ਛੱਡ ਦਿਓ ਹੁਣ ਗੁਰੂ ਸਾਹਿਬ ਜੀ ਸਾਨੂੰ ਬਾਹਰ ਲਿਆਂ ਮਸਾਲਾ ਦੇ ਕੇ ਸਮਝਾ ਰਹੇ ਐ ਕਿ ਜਿਹੜੇ ਜਿਹੜੇ ਜੀਵ ਜੰਗਲਾਂ ਦੇ ਵਿੱਚ ਦੂਸਰੇ ਜੀਵ ਵੀ ਫਸ ਜਾਂਦੇ ਐ ਝੂਠੀਆਂ ਚੀਜ਼ਾਂ ਦੇਖ ਕੇ ਫਸ ਜਾਂਦੇ ਐ ਇਸ ਤਰ੍ਹਾਂ ਅਸੀਬੀ ਝੂਠੀਆਂ ਚੀਜ਼ਾਂ ਦੇ ਕੇ ਫਸ ਰਹੇ ਆਂ ਹਾਂਜੀ ਗਾਜ ਸਮਮੂਰਖ ਹੋਏ ਇਸ ਬਨ ਮੇਂ ਝੂਠੀ ਹੱਥ ਨਹੀਂ ਦੇਖ ਬੰਦਾ ਕਿਆ ਕਾ ਕਹੂੰ ਕਾਲ ਆਨਾਈ ਬਹੁ ਬਿਦ ਤੁਮ ਕੋ ਫਾਸਲੀਆਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਮੈਂ ਕਿਆ ਕਿਆ ਕਮਾ ਕਾਲ ਕੀ ਕਰ ਰਿਹਾ ਹੈ ਹਾਰੇ ਇੱਕ ਬਿਦੀ ਦੇ ਨਾਲ ਤੁਹਾਨੂੰ ਫਸਾ ਰਿਹਾ ਹੈ ਅਸੀਂ ਜੋ ਕਹਿੰਦੇ ਆ ਨਾ ਕਿ ਅਸੀਂ ਈਸ਼ਵਰ ਦੀ ਭਗਤੀ ਕਰ ਰਹੇ ਆ ਜੀ ਕਿਹੜੇ ਈਸ਼ਵਰ ਦੀ ਭਗਤੀ ਕਰ ਰਹੇ ਹੋ ਕੀ ਨਿਸ਼ਾਨਾ ਹੈ ਤੁਹਾਡਾ ਤਾਂ ਕੁਝ ਵੀ ਨਹੀਂ ਅਸੀਂ ਭਗਤੀ ਕਰ ਰਹੇ ਆ ਜੀ ਆਖਰ ਨਿਸ਼ਾਨੇ ਤੇ ਭਗਤੀ ਹੁੰਦੀ ਹੈ ਕਿਸੇ ਹਿਸਾਬ ਨਾਲ ਭਗਤੀ ਹੁੰਦੀ ਹੈ ਜੇ ਫਕੀਰਾਂ ਕੀਤੀ ਹੈ ਭਗਤੀ ਤੇ ਕਿਸੇ ਨਿਸ਼ਾਨੇ ਤੇ ਕੀਤੀ ਹੈ ਉਹਨਾਂ ਦਾ ਨਿਸ਼ਾਨਾ ਮੁਰਸ਼ਿਦ ਦਾ ਹੁੰਦਾ ਹੈ ਅਸੀਂ ਕਹਦਾ ਨਿਸ਼ਾਨਾ ਰੱਖਦੇ ਆਂ ਭਗਤੀ ਦਾ ਅਸੀਂ ਉਹਨਾਂ ਦਾ ਨਿਸ਼ਾਨਾ ਰੱਖਦੇ ਆਂ ਕਿ ਜਿਨ੍ਹਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕਰਨੀ ਸਾਡੇ ਨਾਲ ਬੋਲਣਾ ਨਹੀਂ ਹੁਣ ਸ਼ਾਮ ਵੇਲੇ ਇੱਕ ਸਵੇਰੇ ਇੱਕ ਟੀਵੀ ਵਿਚਾਰੇ ਹੀ ਦੇਖਿਆ ਉਹਨਾਂ ਨੇ ਲਾਇਆ ਕਿ ਇਹ ਫਿਰ ਕਿੰਨੇ ਕੁਆਂਟਲ ਦੇਈ ਇੱਕ ਬੁੱਤ ਦੇ ਉੱਤੇ ਨਹਾਉਣ ਇਸ਼ਨਾਨ ਕਰਾਇਆ ਕਿੰਨੇ ਕੁਆਂਟਲ ਦੁੱਧ ਦਾ ਇਸ਼ਨਾਨ ਇੰਨੇ ਕੁਆਂਟਲ ਸ਼ਹਿਦ ਜਿਹੜਾ ਹੁੰਦਾ ਸ਼ਹਿਦ ਦਾ ਇੰਨੇ ਕੁਆਂਟਲ ਕਿਹਾ ਮੱਖਣ ਦੱਸੋ ਕੀ ਕਰੇਗਾ ਬੰਦਾ ਕਿਸ ਤਰ੍ਹਾਂ ਐਸੇ ਕਾਲ ਦੇ ਦੇਸ਼ ਵਿੱਚੋਂ ਲੰਘ ਜਾਏਗਾ ਜੇ ਦੇ ਉਤੇ ਹੋਣਾ ਨਾ ਇੰਨਾ ਕੁਛ ਸੋਟਿਆ ਉਹਨੂੰ ਅਸਰ ਕੀ ਹੈਗਾ ਤੁਸੀਂ ਭਾਵੇਂ ਸਾਰਾ ਦਿਨ ਪਾਣੀ ਦੇ ਵਿੱਚ ਹੀ ਰੱਖੋ ਤਾਂ ਕੀ ਤ્યાં ਕੀ ਹੋ ਜਾਊਗਾ ਕਿੱਥੇ ਜੀਵ ਭੁੱਲਾ ਹੈਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਕਲਿਆਣ ਹੋ ਸਕਦੀ ਹੈ ਜਿੰਦੇ ਬੰਦੇ ਨੂੰ ਪਾਣੀ ਨਹੀਂ ਪੀਂਹਦਾ ਕੋਈ ਜਿੰਦਿਆਂ ਨੂੰ ਡਾਂਗਾ ਮੋਆ ਨੂੰ ਬਾਂਗਾ ਇਹ ਹਾਲਤ ਸੰਸਾਰ ਦੀ ਹੈ ਕਿਸ ਤਰ੍ਹਾਂ ਬਚ ਸਕਦਾ ਹੈ ਬਚਣ ਦਾ ਕੋਈ ਤਰੀਕਾ ਨਹੀਂ ਹਾਂਜੀ ਕਿ ਆਹ ਕਿਆ ਕਹੂੰ ਕਾਲ ਆਨਾਈ ਕਾਲ ਨੇ ਫਸਾ ਦਿੱਤਾ ਤੁਸੀਂ ਐਦਾਂ ਕਰੋ ਐਸ ਤਰ੍ਹਾਂ ਕਰੋ ਇਥੋਂ ਮੁਕਤੀ ਮਿਲ ਜਾਏਗੀ ਕਿਸ ਤਰ੍ਹਾਂ ਮਿਲ ਜਾਏਗੀ ਬਿਨਾ ਨਾਮ ਦੇ ਮੁਕਤੀ ਕਿੱਦਾਂ ਮਿਲ ਜਾਏਗੀ ਬਿਨਾ ਨਾਮ ਦੇ ਹਰ ਇੱਕ ਸੰਤਮਾ ਪੁਰਖ ਜਿਤਨੇ ਦੁਨੀਆਂ 'ਚ ਆਏ ਐ ਉਹਨਾਂ ਨਾਮ ਦਾ ਇਸ਼ਾਰਾ ਦਿੱਤਾ ਹੈ ਨਾਮ ਦੇ ਬਿਨਾ ਮੁਕਤੀ ਮੁਸ਼ਕਲ ਹੈ ਨਹੀਂ ਹੋ ਸਕਦੀ ਇਹ ਜਿਹੜੇ ਅਸੀਂ ਦੁਨੀਆਂ ਦੇ ਕਰਮ ਕਾਂਡ ਕਰਦੇ ਆਂ ਇਹ ਸਿਰਫ ਅਸੀਂ ਉਹਨਾਂ ਦਾ ਇੱਕ ਸ਼ਿੰਗਾਰ ਕਰਦੇ ਆਂ ਕਿ ਸਾਨੂੰ ਮਾਲਕ ਜਿਹੜਾ ਮਨਜ਼ੂਰ ਕਰ ਲਏਗਾ ਮਾਲਕ ਇਹਨਾਂ ਸ਼ਿੰਗਾਰਾਂ 'ਚ ਮਨਜ਼ੂਰ ਨਹੀਂ ਕਰਦਾ ਉਸ ਨੂੰ ਨਾਮ ਦੀ ਜ਼ਰੂਰਤ ਹੈ ਭਗਤੀ ਦੀ ਜ਼ਰੂਰਤ ਹੈ ਸਹਿਬ ਕੇ ਘਰ ਕੇਵਲ ਭਗਤ ਪਿਆਰ ਸਹਿ ਭਗਤੀ ਮੇਰਾ ਜੀ ਉਹ ਸਹਿ ਪਰਮਾਤਮਾ ਜਿਹੜਾ ਹੈ ਉਥੇ ਭਗਤੀ ਦੀ ਜ਼ਰੂਰਤ ਹੈ ਕਈ ਵਾਰ ਅਗੇ ਵੀ ਦੱਸਿਆ ਹੈ ਕਿ ਜਦੋਂ ઋਸ਼ੀਆ ਮਣੀਆਂ ਨੇ ਭਗਵਾਨ ਨੂੰ ਕਿਹਾ ਕਿ ਮਹਾਰਾ ਜ ਸਾਡੇ ਆਸ਼ਰਮ ਵਿੱਚ ਦਰਸ਼ਨ ਦਿਓ ਉਹਨਾਂ ਮਨਜ਼ੂਰ ਕਰ ਲਿਆ ਉਸੇ ਜੰਗਲ ਦੇ ਵਿੱਚ ਭੀਲਣੀ ਸੀ ਪਰ ਬਹੁਤ ਗਰੀਬ ਸੀ ਖਾਣ ਪੀਣ ਨੂੰ ਵੀ ਕੁਝ ਨਹੀਂ ਸੀ ਉਸ ਨੇ ਵੀ ਸੋਚਿਆ ਕਿ بڑے بڑے ਵੀਰ ਨੇ ॠषि ਮਣੀ ਮਕਾਨ ਵੀ ਅੱਛੇ ਖਾਣੇ ਵੀ ਅੱਛੇ ਬਣਾਉਣੇ ਆਣੇ ਨੇ ਮੇਰੀ ਝੌਂਪੜੀ ਤੱਕ ਸ਼ਾਇਦ ਆਉਣ ਦੇਣ ਜਾਂ ਨਹੀਂ ਪਰ ਜੇ ਆ ਵੀ ਜਾਣਗੇ ਭਗਵਾਨ ਜੀ ਤੇ ਮੈਂ ਭੋਗ ਕਾਤਾ ਲਗਾਵਾਗੀ ਮੇਰੇ ਪਾਸ ਤੇ ਕੁਝ ਨਹੀਂ ਐ ਸ਼ਰਦਾ ਪੂਰੀ ਸੀ ਪਿਆਰ ਪੂਰਾ ਸੀ ਜੰਗਲ ਵਿੱਚ ਜਾ ਕੇ ਮਿੱਠੇ ਮਿੱਠੇ ਬੇਰ ਤੋੜੇ ਔਰ ਆਪਣੀ ਚੌਂਪੜੀ ਚ ਰੱਖ ਲੇ ਜਦੋਂ ਮੌਕਾ ਆਇਆ ਭਗਵਾਨ ਨੇ ਪੁੱਛਿਆ ਕਿ ਮਕਾਨ ਕਿਸ ਦਾ ਹੈ ਜੀ ਮੇਰਾ ਹੈ ਦੂਸਰੇ ਨੂੰ ਪੁੱਛਿਆ ਜੀ ਮੇਰਾ ਤੀਜੇ ਨੂੰ ਪੁੱਛਿਆ ਜੀ ਮੇਰਾ ਇਸੇ ਤਰ੍ਹਾਂ ਪੁੱਛ ਕੇ ਲੰਘ ਗਏ ਉਹ ਚਾਹ ਤੇ ਕੋਈ ਹੋਰ ਵੀ ਸਾਧੂ ਹੈ ਕਹਾਂ ਲਗੇ ਜੇ ਇੱਕ ਪੀਲਣੀ ਹੈ ਬੜੀ ਦੂਰ ਜਈ ਉਹਦਾ ਸ਼ਬਰ ਦੱਸਿਆ ਕੇ ਖੁੱਲੀ ਜਈ ਉਸ ਦੀ ਕੱਖਾਂ ਦੀ ਭਗਵਾਨ ਜੀ ਉੱਥੇ ਚਲਾ ਗਏ ਚਲਾ ਗਏ ਜਦ ਦੇਖਿਆ ਪੁੱਛਿਆ ਪੀਲਣੀ ਨੂੰ ਕਿ ਇਹ ਝੌਂਪੜੀ ਕਿਸ ਦੀ ਹੈ ਦੇਖੋ ਹੁਣ ਪਿਆਰ ਤੇ ਪਿਆਰ ਹੁੰਦਾ ਕੰਡਿਆਂ ਦੇ ਮੂੰਹ ਜਿਹੜੇ ਆਉਂਦੇ ਆ ਉਹ ਘੜ ਕੇ ਨਹੀਂ ਬਣਦੇ ਪਹਿਲਾਂ ਹੀ ਤਿੱਖੇ ਹੁੰਦੇ ਐ ਜਦੋਂ ਉਹ ਜੰਮਦੇ ਆ ਤੂੰ ਹੀ ਤਿੱਖੇ ਹੁੰਦੇ ਐ ਦਸੀਆਂ ਦਸਾਈਆਂ ਗੱਲਾਂ ਕਿਸੇ ਨੇ ਨਹੀਂ ਹੁੰਦੀਆਂ ਜਿਹੜੇ ਵਿੱਚੋਂ ਆਉਣ ਉਹ ਹੀ ਹੁੰਦੀਆਂ ਇਹ ਝੌਂਪੜੀ ਕਿਸ ਦੀ ਐ ਪੀਲਣੀ ਆਥ ਬਣ ਕੇ ਖੜੀ ਹੋ ਗਈ ਗੱਲ 'ਚ ਪੱਲਾ ਪਾ ਲਿਆ ਬੜੀ ਸ਼ਰਦਾ ਦੇ ਨਾਲ ਬੜੀ ਦੀਨਤਾ ਦੇ ਨਾਲ ਬੜੇ ਪਿਆਰ ਦੇ ਨਾਲ ਕਹਾਂ ਲਗੀ ਮਹਾਰਾਜ ਇਹ ਚੌਂਪੜੀ ਵੀ ਆਪਦੀ ਹੈ ਮੈਂ ਵੀ ਆਪਦੀ ਹਾਂ ਮੇਰਾ ਇੱਥੇ ਕੁਝ ਨਹੀਂ ਹੈ ਉਸ ਚੌਂਪੜੀ ਦੇ ਵਿੱਚ ਭਗਵਾਨ ਜੀ ਬੈਠ ਗਏ ਔਰ ਪੀਲਣੀ ਦੇ ਝੂਠੇ ਬੇਰ ਖਾਦੇ ਸਾਰੇ ॠषि ਮਣੀ ਜਿਹੜੇ ਪਰੇਸ਼ਾਨ ਹੋ ਗਏ ਕਿ ਸਾਡੇ ਬੜੇ ਸੋਹਣੇ ਮਕਾਨ ਅੱਛੇ ਅਸੀਂ ਖਾਣੇ ਬਣਾਏ ਉਹਾਂ ਜੀ ਸਾਡੇ ਮਕਾਨਾਂ 'ਚ ਬੈਠੇ ਨਹੀਂ ਨਾ ਸਾਡੇ ਖਾਣੇ ਖਾਦੇ ਸਾਰਿਆਂ ਨੂੰ ਬੁਲਾਇਆ ਬੈਠੋ ਭਾਈ ਆ ਜਾਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਏ ਲੇਕਿਨ ਤੁਸੀਂ ਕਿਸੇ ਨੇ ਸਾਡਾ ਮਕਾਨ ਨਹੀਂ ਦੱਸਿਆ ਤੁਸੀਂ ਆਪਣੇ ਆਪਣੇ ਮਕਾਨ ਦੱਸਿਆ ਕਿਸੇ ਦੇ ਮਕਾਨ 'ਚ ਕਿੱਦਾਂ ਕੋਈ ਬੈਠ ਸਕਦਾ ਉਥੇ ਹੋਣਾ ਕਿਆ ਜਿਨ ਪ੍ਰੇਮ ਕੀਆ ਤិន ਪ੍ਰਭ ਪਾਇਆ ਜੇਨ ਮਤਲੇ ਕਿ ਲਫਜੇ ਸਾਂਝਾਏ ਇਹਦੇ ਵਿੱਚ ਕੋਈ ਮੀਰ ਗਰੀਬ ਨਹੀਂ ਜਿਨ ਪ੍ਰੇਮ ਕੀਆ ਤិន ਪ੍ਰਭ ਪਾਇਆ ਜਿਸਨੇ ਵੀ ਭਾਈ ਪਿਆਰ ਕੀਤਾ ਉਸਨੇ ਪ੍ਰਭੂ ਨੂੰ ਪਾ ਲਿਆ ਇੱਥੇ ਅਸੀਂ ਸੋਚਣਾ ਹੈ ਕਿ ਕਿਆ ਉਹ ਮਾਲਕ ਸਾਡੀ ਸ਼ਬਦ ਪੋਛੀ ਜਾਂ ਸਾਡੇ ਮਕਾਨਾਂ ਤੇ ਜਾਂ ਸਾਡੇ ਧਨ ਪਦਾਰਤ ਤੇ ਖੁਸ਼ ਹੈ ਉਹ ਤੇ ਬੰਦਗੀ ਨੂੰ ਖੁਸ਼ ਹੈ ਭਾਈ ਪਿਆਰ ਨੂੰ ਖੁਸ਼ ਹੈ ਨਗਨ ਪੜੀ ਇੱਕ ਰੰਗ ਸੇ ਬਹੁ ਸੋਭਾ ਪਾਏ ਗੁਰੂ ਸਾਹਿਬ ਜੀ ਫਰਮਾਉਂਦੇ ਆ ਬੇਸ਼ੱਕ ਨੰਗਾ ਹੈ ਪਾਟੇ ਕੱਪੜੇ ਲੱਗੇ ਆ ਲੇਕਿਨ ਬੰਦਗੀ ਕਰਦਾ ਹੋਏ ਫੇਰ ਵੀ ਉਹਦੀ ਸੋਭਾ ਹੈਗੀ ਇਸ ਵਾਸਤੇ ਸਾਨੂੰ ਇਹ ਸੋਚਣਾ ਹੀ ਚਾਹੀਦਾ ਕਿ ਈਸ਼ਵਰ ਦੀ ਭਗਤੀ ਦੀ ਜ਼ਰੂਰਤ ਹੈ ਇਹ ਜਿਹੜੀਆਂ ਚੀਜ਼ਾਂ ਅਸੀਂ ਦੱਸਦੇ ਹਾਂ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਪਰਮਾਤਮਾ ਨੂੰ ਕੋਈ ਅਰਮਾਪਤੀ ਹੋ ਜਾਏ ਰਾਜਾ ਮਹਾਰਾਜਾ ਹੋ ਜਾਏ ਹਾਂ ਈਸ਼ਵਰ ਦਾ ਡਾਰ ਹੋਵੇ ਦੇਸ਼ਕ ਹੋ ਜਾਏ ਈਸ਼ਵਰ ਦੀ ਭਗਤੀ ਕਰਦਾ ਹੋਵੇ ਬੇਸ਼ੱਕ ਉਹ ਸ਼ੌਕਰ ਹੈ ਚਾਹੇ ਕੋਈ ਅਬਸਰ ਹੈ ਚਾਹੇ ਕੋਈ ਰਾਜਾ ਮਹਾਰਾਜ ਹੈ ਹਾਂਜੀ ਕੀ ਕੀ ਕਹੂੰ ਕਾਲ ਆਨਾਈ ਬਹੁ ਬਿਦ ਤੁਮ ਕੋ ਫਾਸ ਲਿਆਰੀ ਤੁਮ ਅਨਜਾਨ ਮਰਮ ਨਹੀਂ ਜਾਣਾ ਛਲਵਲ ਕਰ ਇਨਫਾਸ ਲਿਆਰੀ ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾ ਰਿਹਾ ਹੈ ਪੁਰਸ਼ ਤੂੰ ਅਣਜਾਣ ਹੈ ਤੂੰ ਇਹਦੀ ਮਰਮ ਜਾਣੀ ਨਹੀਂ ਕਾਲ ਦੀ ਇਸ ਨੇ ਛਲਵਲ ਕਰਕੇ ਕਈ ਟੰਗ ਕਰਕੇ ਤੈਨੂੰ ਫਸਾ ਲਿਆ ਆਪਣੀ ਕੁੰਡੀ ਵਿੱਚ ਆਪਣੇ ਜਾਲ ਚ ਤੈਨੂੰ ਇਹਨੇ ਪਾ ਲਿਆ ਹੈਗਾ ਹੁਣ ਤੇਰੇ ਨਿਕਲਣ ਦਾ ਇਕੋ ਹੀ ਤਰੀਕਾ ਹੈ ਕਿ ਕੋਈ ਸੰਤਮਾ ਪੁਰਖ ਤੈਨੂੰ ਮਿਲ ਜਾਏ ਸ਼ਬਦ ਅਭਿਆਸੀ ਮਹਾਂਪੁਰਖ ਹੋਵੇ ਉਹਦੇ ਪਾਸੋਂ ਤੈਨੂੰ ਝੁਕਤੀ ਮਿਲ ਜਾਏ ਤੂੰ ਉਸ ਝੁਕਤੀ ਅਨਸਾਰ ਚਲੇ ਤਾਂ ਜ਼ਰੂਰ ਇਹਦੇ ਛਲਵਾਲ ਤੋਂ ਨਿਕਲ ਸਕਦਾ ਹੈ ਸਵਾਮੀ ਜੀ ਮਾਰੇ ਬਾਣੀ ਜੀ ਫਰਮਾਇਆ ਹੈ ਕੋੜ ਯਤਨ ਸੇਜੇ ਨਹੀਂ ਮਾਨੇ ਤੁਣ ਸੁਣ ਕਰ ਮਨ ਸਮਝਾਏ ਕਰੋੜਾਂ ਯਤਨ ਅਸੀਂ ਕਰ ਲਈਏ ਇਹ ਸਮਝਦਾ ਨਹੀਂ ਸਾਡੇ ਅੰਦਰ ਨਫਸ ਜਿਹੜਾ ਇਹ ਸਮਝਦਾ ਨਹੀਂ ਇਹ ਸਾਡੇ ਦੇ ਕੋਈ ਨਾ ਕੋਈ ਘਟਨਾ ਬਣਾ ਹੀ ਲੈਂਦਾ ਹੈ ਲੇਕਿਨ ਉਹ ਜਿਹੜੀ ਤੁਣ ਸਾਡੇ ਅੰਦਰ ਆ ਰਹੀ ਹੈ ਸ਼ਬਦ ਆ ਰਿਹਾ ਹੈ ਯਾ ਨਾਮ ਕਹਿ ਦਿਓ ਸ਼ਬਦ ਕਹਿ ਦਿਓ ਤੁਣ ਕਹਿ ਦਿਓ ਮੁਸਲਮਾਨ ਉਸ ਨੂੰ ਭਾਂਗੇ ਸ਼ਮਾਨੀ ਕਹਿੰਦੇ ਉਹ ਸਾਡੇ ਅੰਦਰ ਆ ਰਹੀ ਹੈ ਉਹ ਬੜੀ ਰੁਸੀਲੀ ਹੈ ਉਹਦੇ ਵਿੱਚ ਬੜੀ ਤਾਕਤ ਹੈ ਜਦ ਤੱਕ ਉਹ ਸੁਣਦਾ ਨਹੀਂ ਇਹ ਕਾਬੂ ਨਹੀਂ ਆਉਂਦਾ ਕੋੜ ਯਤਨ ਸੇ ਜੇ ਨਹੀਂ ਮੰਨੇ ਤੁਣ ਸੁਣ ਕੇ ਮਾਨ ਸਮਝਾਈ ਭਾਈ ਕੋਟਾਂ ਯਤਨ ਤੁਸੀਂ ਕਰੋਗੇ ਨਹੀਂ ਮੰਨੇਗਾ ਲੇਕਿਨ ਜਦੋਂ ਉਸ ਤੁਣ ਨੂੰ ਸੁਨੇਗਾ ਇਹ ਫੌਰਨ ਮੰਨ ਜਾਏਗਾ ਇਹ ਮਨ ਪਿੰਗਲ ਪਿਆ ਪੀ ਹਰੀ ਨਾਮ ਪਾਰਾ ਗੁਰੂ ਸਾਹਿਬ ਜੀ ਫਰਮਾਉਂਦੇ ਆ ਇਹ ਮਨ ਫਿਰ ਪਿੰਗਲਾ ਹੋ ਜਾਂਦਾ ਹੈ ਉਹ ਹਰੀ ਨਾਮ ਪਾਰਾ ਜਦੋਂ ਉਹ ਈਸ਼ਵਰ ਦਾ ਨਾਮ ਆਉਂਦਾ ਹੈ ਇਸ ਨੂੰ ਪਾਰੇ ਦੀ ਤਰ੍ਹਾਂ ਲੱਗ ਜਾਂਦਾ ਹੈ ਪਾਰਾ ਕਿਸੇ ਇਨਸਾਨ ਨੂੰ ਦੇ ਦਿਓ ਉਹਦੇ ਅਲੱਤਾਂ ਬਾਹਾਂ ਵਿੱਚ ਜੁੜ ਜਾਂਦੀਆਂ ਨੇ ਉੱਠ ਨਹੀਂ ਸਕਦਾ ਵਿਖਿਆ ਸੇ ਅੰਮ੍ਰਿਤ ਪਿਆ ਜਦ ਰਾਮ ਨਾਮ ਲਿਬ ਲੱਗੀ ਉਹ ਹੀ ਬਿਖਿਆ ਤਬਦੀਲ ਹੋ ਜਾਂਦਾ ਇਨਸਾਨ ਜਿਸ ਤਰ੍ਹਾਂ ਕਈ ਵਾਰ ਕਿਹਾ ਹੈ ਕਿ ਬਹੁਤ ਵੀ ਭੈੜਾ ਵੀ ਬੰਦਾ ਹੋਵੇ ਕਿਸੇ ਅੱਛੇ ਬੰਦੇ ਨਾਲ ਉਹਦੀ ਸਹੂਬਤ ਹੋ ਜਾਏ ਤਾਂ ਆਸੇ ਆਸੇ ਉਹ ਬਦਲ ਜਾਂਦਾ ਹੈ ਬਦਲ ਜਾਂਦਾ ਹੈ ਰਾਦਾ ਹੀ ਬਦਲ ਜਾਂਦਾ ਉਹ ਹੀ ਅੱਛਾ ਬਣ ਜਾਂਦਾ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਗਲਤ ਬੰਦਾ ਜਿਹੜਾ ਕਈ ਚੋਰੀਆਂ ਠੱਗੀਆਂ ਕਰਦਾ ਹੈ ਤੋਂ ਆਠ ਗਾਂਢੀ ਤੇ ਪਿੰਡਾਂ ਦੇ ਲੋਕ ਥਾਣੇ 'ਚ ਰਿਪੋਰਟ ਦੇ ਕੇ ਉਹਨੂੰ ਬਦਮਾਸ਼ੀ ਬਦਮਾਸ਼ੀ ਨੰਬਰ ਲਗਾ ਦਿੰਦੇ ਆ 10 ਨੰਬਰ ਦਾ ਪਰ ਜਦੋਂ ਉਹ ਅੱਛੇ ਕਰਮ ਕਰਦਾ ਹੈ ਨੇਕਪਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਹੀ ਲੋਕ ਉਹਦੀ ਗੋਈ ਬਣ ਜਾਂਦੇ ਆ ਉਹੀ ਲੋਕ ਉੱਥੇ ਜਾ ਕੇ ਗਵਾਹੀ ਦੇ ਦਿੰਦੇ ਆ ਕਿ ਮਹਾਰਾਜ ਹੋਣੇ ਠੀਕ ਹੈਗੇ ਇਹਦਾ ਨੰਬਰ ਕੱਟ ਦਿਓ ਇਸੇ ਤਰ੍ਹਾਂ ਭਾਈ ਸਾਡਾ ਵੀ ਨੰਬਰ ਕਟਿਆ ਜਾਂਦਾ ਸਾਡਾ ਵੀ ਜਿਹੜਾ ਨੰਬਰ ਪੈੜਾ ਬਣਿਆ ਹੈਗਾ ਉਹ ਅੱਛਾ ਹੋ ਸਕਦਾ ਹੈ ਸਾਡਾ ਗਵਾਹੀ ਸਤਗੁਰ ਬਣ ਸਕਦਾ ਹੈ ਜਦ ਅਸੀਂ ਉਹਨਾਂ ਦੇ ਕਹਿਣੇ ਮੁਤਾਬਕ ਅੱਛੇ ਕੰਮ ਕਰਾਂਗੇ ਉਹ ਸਾਡਾ ਗਵਾਹੀ ਮਾਲਕ ਬਣ ਜਾਏਗਾ ਉਹ ਸਾਡੀ ਗਵਾਹੀ ਜ਼ਰੂਰ ਦੇਗਾ ਹਾਂਜੀ ਤੂੰ ਅਨਜਾਨ ਮਰਮ ਨਹੀਂ ਜਾਣਾ ਛਲ ਬੰਦ ਕਰ ਇਹਨ ਫਾਸਲਿਆਰੀ ਟੁੱਟਣ ਕੀ ਬਦ ਨਿਕਨਾ ਮਾਣੋ ਕਿਉਂ ਕਰ ਛੁੱਟਣ ਹੋਏ ਤੁਹਾਡੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਛੁੱਟਣ ਦਾ ਤੁਸੀਂ ਤਰੀਕਾ ਸੋਚਦੇ ਨਹੀਂ ਛੁੱਟਣ ਵਾਸਤੇ ਸਾਨੂੰ ਕੁਝ ਸੋਚਣਾ ਚਾਹੀਦਾ ਛੁੱਟਣ ਵਾਸਤੇ ਅਸੀਂ ਇਹੀ ਤਰੀਕਾ ਹੈ ਕੋਈ ਅੱਛੇ ਮਹਾਪੁਰਖਾਂ ਨੂੰ ਮਿਲ ਜਾਣ ਸਾਨੂੰ ਅੱਛੀ ਸਲਾਹ مشਵਰਾ ਦੇ ਦੇਣ ਅਸੀਂ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇੱਕ ਦਿਨ ਅਸੀਂ ਛੁੱਟ ਜਾਵਾਂਗੇ ਸਾਡਾ ਅੱਛਾ ਕਰਮ ਬਣ ਜਾਏਗਾ ਅਸੀਂ ਇਹਦੇ ਕਾਲ ਦੇ ਜੰਜਾਲ ਚੋਂ ਨਿਕਲ ਜਾਵਾਂਗੇ ਗੁਰੂ ਸਾਹਿਬ ਜੀ ਜੋ ਬਾਣੀ ਚ ਫਰਮਾਰੇ ਠੀਕ ਫਰਮਾਰੇ ਹੈ ਕਿ ਤੂੰ ਛੁੱਟਣ ਦੀ ਕੋਈ ਵਿਧੀ ਸੋਚਦਾ ਨਹੀਂ ਫਸ ਗਿਆ ਹੈ ਕਾਲ ਨੇ ਫਸਾ ਲਿਆ ਤੈਨੂੰ ਲੇਕਿਨ ਛੁੱਟਣ ਦੀ ਵਿਧੀ ਸੋਚਦਾ ਨਹੀਂ ਪਰ ਸੰਤ ਮਹਾਂਪੁਰਖ ਜਾਂ ਦੁਨੀਆ ਤੇ ਆਉਂਦੇ ਹੈ ਉਹ ਸਾਨੂੰ ਜੀਵਾਂ ਨੂੰ ਫਸਾਇਆ ਨੂੰ ਫਸੇ ਹੋਇਆਂ ਨੂੰ ਛਡਾਉਣ ਵਾਸਤੇ ਆਉਂਦੇ ਹੈ ਉਹ ਸਾਨੂੰ ਅੱਛੀ ਮਤ ਦਿੰਦੇ ਹੈ ਅੱਛਾ ਤਰੀਕਾ ਦੱਸਦੇ ਹੈ ਬਾਈ ਈਸ਼ਵਰ ਦੀ ਭਗਤੀ ਕਰ ਈਸ਼ਵਰ ਦਾ ਨਾਮ ਜਪ ਸਾਧ ਸੰਗਤ ਦੀ ਸੇਵਾ ਕਰ ਉਹ ਸਾਨੂੰ ਛੜਾਉਣ ਵਾਸਤੇ ਤਰੀਕਾ ਦੱਸਦੇ ਹੈਗੇ ਹਾਂਜੀ ਛੂਟਨ ਕੀ ਬਿਦਨੈਕ ਨਾਮਾ ਨੋ ਕਿਉ ਕਰ ਛੂਟਨ ਹੋਏ ਤੁਮਾਰੀ ਸਤ ਗੁਰ ਸੰਤ ਹੁਏ ਉਪਕਾਰੀ ਉਹਨਾਂ ਕਾ ਸੰਗ ਕਰੋ ਨ ਸਮਾਹਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਸੰਤ ਮਹਾਂਪੁਰਖ ਦੁਨੀਆ ਤੇ ਆਉਂਦੇ ਐ ਉਹ ਪਾਰਵਕਾਰ ਕਰਨ ਵਾਸਤੇ ਆਉਂਦੇ ਐ ਭਲਾ ਕਰਨ ਵਾਸਤੇ ਆਉਂਦੇ ਐ ਲੇਕਿਨ ਤੁਸੀਂ ਉਹਨਾਂ ਦੀ ਸੰਗਤ ਨਹੀਂ ਕਰਦੇ ਉਹਨਾਂ ਦੀ ਸੰਗਤ ਨਹੀਂ ਕਰਦੇ ਜਦ ਜਦ ਵੀ ਸੰਤਮਾ ਪੁਰਖ ਆਇਆ ਉਹਨਾਂ ਦੇ ਇਤਿਹਾਸ ਪੜੋ ਸੁਣੋ ਦੇਖੋ ਤਾਂ ਕੋਈ ਨਜ਼ਦੀਕ ਆਉਂਦਾ ਨਹੀਂ ਗੁਰੂ ਨਾਨਕ ਦੇਵ ਜੀ ਜਦੋਂ ਆਪਣੇ ਸਮੇਂ ਪਰ ਆਏ ਤਾਂ ਉਹਨਾਂ ਨੂੰ ਲੋਕਾਂ ਨੇ ਕਰਾਈਏ ਕਿਹਾ ਕਿ ਕੁਰਾਈ ਪਾਉਂਦੇ ਇਹਨਾਂ ਦੇ ਕੋਲ ਜਾਣਾ ਨਹੀਂ ਇੱਕ ਪਿੰਡ ਆਉਣਾ ਦੂਸਰੇ ਨਾਲ ਉਸ ਪਿੰਡ ਨਾਲ ਅਗਲੇ ਨੂੰ ਦੱਸ ਦੇਣਾ ਦੂਸਰੇ ਨਾਲ ਅਗਲੇ ਨੂੰ ਦੱਸ ਦੇਣਾ ਕਿ ਕੁਰਾਏ ਪਾੰਦੇ ਨੇ ਤੇ ਲਾਗੇ ਨਾ ਜਾਇਓ ਇਸੇ ਤਰ੍ਹਾਂ ਹੋਰ ਵੀ ਸੰਤਮਾ ਪੁਰਖ ਜਦੋਂ ਵੀ ਆਏ ਉਹ ਸਾਨੂੰ ਸਮਝਾਣ ਵਾਸਤੇ ਆਏ ਲੇਕਿਨ ਅਸੀਂ ਉਹਨਾਂ ਦਾ ਕਦੇ ਸੰਗ ਨਹੀਂ ਕੀਤਾ ਉਹਨਾਂ ਦੀ ਸੰਗਤ ਨਹੀਂ ਕੀਤੀ ਹਾਂਜੀ ਸਤ ਗੁਰ ਸੰਤ ਹੂਏ ਪਕਾ ਰੀ ਹੁਨ ਕਾਸੰਗ ਕਰੋ ਨ ਸਮਹਾਰੀ ਵੇਦਿਆਲ ਅਸਜਗਤ ਲਖਾਵੇ ਕਰਦੇ ਤੂੰ ਛੁਟਕਾਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਉਹ ਦਿਆਲ ਉਹ ਦਿਆ ਲੈ ਕੇ ਆਉਂਦੇ ਹੈ ਉਹਨਾਂ ਦੇ ਪਾਸ ᔪਗਤੀ ਹੈ ਉਹ ਛੁੱਟਣ ਦੀ ਇੱਕ ᔪਗਤੀ ਹੈ ਉਹਨਾਂ ਦੇ ਪਾਸ ਉਹ ਤੇਰੇ ਤੇ ਦਇਆ ਕਰਨ گے ਤੂੰ ਉਹਨਾਂ ਦੇ ਪਾਸ ਜਾ ਉਹਨਾਂ ਦਾ ਹੁਕਮ ਮੰਨ ਉਹਨਾਂ ਦਾ ਕਹਿਣਾ ਮੰਨ ਹਰ ਕੰਮ ਦੀ ਕੋਈ ਨਾ ਕੋਈ ਜ਼ੁਗਤੀ ਹੁੰਦੀ ਹੈ ਤਾਂ ਉਹ ਕੰਮ ਸਹੀ ਹੁੰਦਾ ਹੈ ਔਰ ਜ਼ੁਗਤੀ ਜਿਸਰ ਕੰਮ ਕੀਤਾ ਹੋਏ ਜਿਸ ਨੇ ਉਸ ਨੂੰ ਪਤਾ ਹੁੰਦਾ ਉਸ ਜ਼ੁਗਤੀ ਦਾ ਜਿਸ ਨੇ ਕੰਮ ਉਹ ਕੀਤਾ ਨਹੀਂ ਉਹਨੂੰ ਪਤਾ ਨਹੀਂ ਹੁੰਦਾ ਈਸ਼ਵਰ ਦੀ ਭਗਤੀ ਦਾ ਸਾਨੂੰ ਕੀ ਪਤਾ ਹੈ ਸਾਨੂੰ ਕੀ ਪਤਾ ਹੈ ਸੰਤ ਮਹਾਂਪੁਰਖ ਦੱਸਦੇ ਹੈ ਕਿ ਕਿਸ ਤਰ੍ਹਾਂ ਕਰਨੀ ਹੈ ਕਿਸ ਹਾਮ ਨਾਲ ਕਰਨੀ ਹੈ ਕੀ ਕੁਝ ਰੱਖਣਾ ਪੈਂਦਾ ਕੀ ਕੁਝ ਕਰਨਾ ਪੈਂਦਾ ਹੈ ਉਹ ਸਾਨੂੰ ਸਭ ਕੁਝ ਸਮਝਾਉਂਦੇ ਹੈ ਕਿਉਂ ਉਹਨਾਂ ਆਪ ਕੀਤਾ ਹੈਗਾ ਉਹਨਾਂ ਆਪ ਭਗਤੀ ਕੀਤੀ ਹੈ ਆਪ ਨਾਮ ਜਪਿਆ ਹੈ ਉਹ ਸਾਨੂੰ ਸਮਝਾਉਂਦੇ ਹੈ ਹਾਂਜੀ ਵੇ ਦਇਆਲ ਅਸ ਜਗਤ ਲਖਾਵੇ ਕਰ ਦੇ ਤੂੰ ਛੁਟਕਾਰੀ ਆਏ ਉਹ ਦਿਆਲ ਉਹ ਤੇਰੇ ਤੇ ਦਇਆ ਕਰਨਗੇ ਉਹ ਤੈਨੂੰ ਇੱਕ ਦਿਨ ਛੁੜਾ ਦੇਣਗੇ ਇਸ ਕਾਲ ਦੇ ਜਾਲ ਵਿੱਚੋਂ ਕੱਢ ਦੇਣਗੇ ਉਹਨਾਂ પાસે ਜ਼ੁਗਤੀ ਹੈਗੀ ਹਾਂਜੀ ਪੰਜ ਤਤ ਗੁਣ ਤੀਨ ਜੇਵਰੀ ਕਾਟੇ ਪਲ ਪਲ ਬੰਦਨ ਭਾਰੀ ਗੁਰੂ ਸਾਹਿਬ ਜੀ ਪੰਜ ਸਾਡੇ ਵਿੱਚ ਦੱਸ ਰਹੇ ਨੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਤਿੰਨ ਗੁਣ ਰਜੋ ਤਮਸ ਸਤੋ ਗੁਣ ਇੱਕ ਬਹੁਤ ਵੱਡਾ ਜੰਜੀਰ ਬਣ ਗਏ ਬਹੁਤ ਵੱਡੀ ਜੇਬੜੀ ਬਣ ਗਈ ਇਹਦੇ ਵਿੱਚ ਅਸੀਂ ਵੱਜ ਗਏ ਕਦ ਹੀ ਅਸੀਂ ਤਮੋ ਗੁਣ ਹੋ ਜਾਂਦੇ ਆ ਕਦ ਹੀ ਅਸੀਂ ਸਤੋ ਗੁਣ ਸਦ ਕੀ ਵਾਰੀ ਅਸੀਂ ਕਹਿੰਨੇ ਕੀ ਹੈ ਦੁਨੀਆ ਦੇ ਵਿੱਚ ਐਵੇਂ ਹੀ ਆ ਦੁਨੀਆ ਐਵੇਂ ਫਸੇ ਆ ਸੀ ਬੜਿਆ ਆਦਾਸ ਹੋ ਜਾਂਨੇ ਆ ਸੀ ਕਿਸੇ ਵੇਲੇ ਅਸੀਂ ਇਹ ਵੀ ਕਹਿੰਨੇ ਆ ਅਸੀਂ ਹੰਕਾਰੀ ਵੀ ਹੋ ਜਾਂਨੇ ਆ ਇਹ ਸਾਡੇ ਵਰਗਾ ਕੌਣ ਹੈਗਾ ਜੋ ਅਸੀਂ ਐਸਾ ਕੌਣ ਹੋ ਸਕਦਾ ਹੈਗਾ ਕਦੀ ਸਾਡੇ ਵਿੱਚ ਕਾਮ ਸ਼ਾਲੇ ਮਾਰਦਾ ਹੈ ਕਦੀ ਸਾਡੇ 'ਚ ਕ્રોਧ ਆ ਕੇ ਸ਼ਾਲੇ ਮਾਰਦਾ ਹੈ ਕਦੀ ਸਾਡੇ 'ਚ ਮੋਹ ਆ ਜਾਂਦਾ ਹੈਗਾ ਇਹ ਇੱਕ ਬਹੁਤ بڑا ਜੰਜੀਰ ਬਣ ਗਿਆ ਬਹੁਤ ਵੱਡਾ ਜਾਲ ਬਣ ਗਿਆ ਜਿਹਦੇ ਵਿੱਚ ਅਸੀਂ ਫਸ ਗਏ ਹੁਣ ਇਹਦੇ ਵਿੱਚੋਂ ਕੱਢਣ ਵਾਸਤੇ ਸਾਨੂੰ ਕਿਸੇ ਸੰਤ ਮਹਾਂਪੁਰਖਾਂ ਦੀ ਸਪੋਰਟ ਚਾਹੀਦੀ ਇਹ ਅਸੀਂ ਆਪਣੇ ਆਪ ਨਹੀਂ ਨਿਕਲ ਸਕਦੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਨਹੀਂ ਸਕਦੇ ਸਾਨੂੰ ਇਹ ਪਤਾ ਨਹੀਂ ਕਿ ਇਹ ਚੀਜ਼ਾਂ ਸਾਡੇ ਕੋਲੋਂ ਕਮਜ਼ੋਰ ਕਿਸ ਤਰੀਕੇ ਨਾਲ ਹੋ ਸਕਦੀਆਂ ਨੇ ਜਾਂ ਕਿਹੜੇ ਕੰਮ ਨਾਲ ਹੋ ਸਕਦੀਆਂ ਨੇ ਸਾਨੂੰ ਨਹੀਂ ਸਮਝ ਇਹ ਕੌਣ ਦੱਸਣਗੇ ਮਹਾਂਪੁਰਖ ਦੱਸਣਗੇ ਕਿ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਤੋਂ ਬਚ ਸਕਦੇ ਹੋ ਉਹ ਤਰੀਕਾ ਮਾਪੁਰਖ ਸਾਨੂੰ ਦੱਸ ਸਕਦੇ ਐ ਪੈਸ ਤਰੀਕੇ ਨਾਲ ਤੁਸੀਂ ਇਹਨਾਂ ਕੋਲੋਂ ਬਚ ਸਕਦੇ ਹੋ ਉਹ ਅੱਗੇ ਗੁਰੂ ਸਾਹਿਬ ਜੀ ਫਰਮਾਉਣਗੇ ਹਾਂਜੀ ਪਾਚ ਤਤ ਗੁਣ ਤੀਨ ਜੇਵਰੀ ਕਾਟੇ ਪਲ ਪਲ ਬੰਦਨ ਭਾਰੀ ਉਨ ਕੀ ਸੰਗਤ ਕਰੋ ਪਰਮ ਤਜ ਪਾਓ ਤੁਮ ਗਤਿਆਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ ਕਿ ਉਹਨਾਂ ਦੀ ਸੰਗਤ ਤੁਸੀਂ ਤਜ ਦਿਓ ਉਹ ਪਰਮ ਨੂੰ ਤਜ ਦਿਓ ਔਰ ਉਸ ਤੋਂ ਸੀ ਜਿਹੜੀ ਸੰਗਤ ਨਿਆਰੀ ਸੰਗਤ ਕਰਨੀ ਹੈ ਉਹ ਨੈਰਾ ਕੀ ਹੈ ਸਿਰਫ ਨਾਮ ਈਸ਼ਵਰ ਦੀ ਭਗਤੀ ਉਸ ਨੂੰ ਕਰੋ ਉਹਨਾਂ ਦੀ ਸੰਗਤ ਤੁਸੀਂ ਆਸੇ 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 ਉਹ ਸੰਗਤ ਨੂੰ ਤਜਣ ਦੀ ਕੋਸ਼ਿਸ਼ ਕਰੋ ਬੌਰ ਬੌਰ ਤੁਮ ਕਰ ਭਗਤੀ ਆਸੇ 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 ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰ ਦੇ ਉਹ ਆਪਣੇ ਆਪ ਹੀ ਤੇਰੇ ਕੋਲੋਂ ਛਡਕਾਰਾ ਕਰ ਜਾਣਗੇ ਆਪਣੇ ਆਪ ਹੀ ਤੇਰੇ ਕੋਲੋਂ ਕਮਜ਼ੋਰ ਹੋ ਜਾਂਦੇ ਐ ਕਿ ਜਦੋਂ ਅਸੀਂ ਇਹਨਾਂ ਦੀਆਂ ਚ ਗੱਲਾਂ ਕਰਾਂਗੇ ਜਦੋਂ ਇਹਨਾਂ ਦੀਆਂ ਸ਼ੌਂਕਾ ਕਰਾਂਗੇ ਇਹ ਸਾਡੇ ਤੇ ਬਹੁਤ بڑے ਬਲੀ ਹੋ ਜਾਣਗੇ ਇਹਨਾਂ ਚੋਂ ਅਸੀਂ ਨਿਕਲ ਨਹੀਂ ਸਕਦੇ ਜਦੋਂ ਇਹਨਾਂ ਦੀ ਖੁਰਾਕ ਜਿਹੜੀ ਇਹ ਕਮ ਹੋ ਜਾਏਗੀ ਕਮਜ਼ੋਰ ਹੋ ਜਾਏਗੀ ਇਹ ਆਪਣੇ ਆਪ ਕਮਜ਼ੋਰ ਹੋ ਜਾਣਗੇ ਫਿਰ ਇਹ ਕੁਝ ਨਹੀਂ ਕਰ ਸਕਦੇ ਹਾਂਜੀ ਉਨ ਕੀ ਸੰਗਤ ਕਰੋ ਪਰਮ ਤਜ ਪਾਉ ਤੁਮ ਗਤ ਨਿਆਰੀ ਜਗਤ ਜਾਨ ਸਭ ਤੋਂ ਖਾ ਜਾਨੋ ਮਨ ਮੁਰਖ ਸੰਗ ਕੀਨੀ ਯਾਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਆ ਭਾਈ ਇਹ ਜਗਤ ਦਾ ਜਾਲ ਜਿਹੜਾ ਸਾਰਾ ਧੋਖਾ ਜੀ ਸਾਰਾ ਧੋਖਾ ਧੋਖਾ ਦੇ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਧੋਖਾ ਲੱਗ ਰਿਹਾ ਹੈ ਔਰ ਲੱਗੇ ਵੀ ਰਿਹਾ ਸਾਨੂੰ ਪਤਾ ਵੀ ਹੈਗਾ ਔਰ ਜੋ ਕਿ ਗੁਰੂ ਸਾਹਿਬ ਜੀ ਬਾਣੀ ਚ ਫਰਮਾ ਰਹੇ ਸਾਡੀਆਂ ਹਾਲਤਾਂ ਦੱਸ ਰਹੇ ਕਿ ਜਗਤ ਦਾ ਜਾਲ ਜਿਹੜਾ ਤੋਖਾ ਦੇ ਰਿਹਾ ਔਰ ਉਹਨਾਂ ਦੀ ਸੰਗਤ ਅਸੀਂ ਛੱਡਣੀ ਹੈ ਇਸ ਤੋਖੇ ਚੋਂ ਅਸੀਂ ਨਿਕਲਣਾ ਹੈ ਕਿਸ ਤਰੀਕੇ ਨਾਲ ਨਿਕਲਣਾ ਹੈ ਮੁੜ ਕੇ ਪੜੋ ਜਗਤ ਜਾਲ ਸਭ ਤੋਂ ਖਾ ਜਾਣੋ ਜਾਣੋ ਮਨ ਮੂਰਖ ਸੰਗ ਕੀਨੀ ਯਾਰੀ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ ਕਿ ਮਨ ਮੂਰਖ ਦੇ ਨਾਲ ਜਿਹੜੀ ਤੁਸੀਂ ਦੋਸਤੀ ਲਗਾਈ ਹੈ ਇਹ ਦੋਸਤੀ ਮਨ ਮੂਰਖ ਦੇ ਨਾਲੋਂ ਤੋੜ ਦਿਓ ਕਿਉਂਕਿ ਇਸ ਨੇ ਆਸਤੇ ਆਸਤੇ ਆਸੇ ਜਿਹੜਾ ਭੈੜਾ ਬੰਦਾ ਹੁੰਦਾ ਕਿਸੇ ਚੋਰ ਦੀ ਸੰਗਤ ਕਰੋ ਉਹਨੇ ਚੋਰੀ ਜ਼ਰੂਰ ਚੋਰੀ ਦੇ ਬਲ ਦੱਸਣਿਆ ਕਿਸੇ ਜੁਆਰੀ ਦੀ ਸੰਗਤ ਕਰੋ ਉਸ ਨੇ ਜੂਆ ਖੇਡਣ ਦੇ ਬਲ ਦੱਸਣਿਆ ਆਸ ਆਸੇ ਉਹਨੇ ਵਧਾਈ ਜਾਣਾ ਕਿਸੇ ਨਿੰਦਕ ਦੀ ਸੰਗਤ ਕਰੋ ਉਹਨੇ ਨਿੰਦਿਆ ਦੇ ਬਲ ਦੱਸਣਿਆ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ ਕਿ ਮਨ ਭੜਾ ਹੈ ਮਨ ਜਿਹੜਾ ਇਹ ਸਾਡਾ ਦੁਸ਼ਮਣ ਹੈ ਅਗਰ ਇਹਦੀ ਨਾਲ ਅਸੀਂ ਦੋਸਤੀ ਲਾਵਾਂਗੇ ਆਸਤੇ ਆਸਤੇ ਆਸੇ ਸਾਨੂੰ ਉਸ ਜਾਲ ਦੇ ਵਿੱਚ ਫਸਾਏਗਾ ਨਿਕਲ ਨਹੀਂ ਦੇਗਾ ਇਹ ਕਈ ਕਾਰਨ ਕਰ ਦਿੰਦਾ ਹੈਗਾ। ਸਵਾਮੀ ਜੀ ਇੱਕ ਸ਼ਬਦ ਫਰਮਾਇਆ ਜੇ ਕੋਈ ਸੱਚਾ ਹੋਏ ਚਲੇ ਗੁਰਦਗਰ ਮੇ ਰੋਕੇ ਚੁਕੇ ਆਏ। ਜੇ ਕੋਈ ਸੱਚਾ ਹੋ ਕੇ ਪ੍ਰਮਾਤਮਾ ਦੀ ਤਰਫ ਜੀਵ ਲੱਗਦਾ ਹੈ। ਭਜਨ ਸਿਮਨ ਕਰਦਾ ਹੈ, ਸਾਧ ਸੰਗਤ ਦੀ ਸੇਵਾ ਕਰਦਾ ਹੈ। ਤਾਂ ਹਜ਼ਾਰਾਂ ਬੰਦੇ ਉਸ ਨੂੰ ਰੋਕਣ ਵਾਲੇ ਤਿਆਰ ਹੋ ਜਾਂਦੇ। ਮੰਨ ਹੌਨਾ ਚ ਬੈਠ ਜਾਂਦਾ ਹੈ। ਮੰਨ ਦੇ ਘਾੜ ਪਰ ਬੈਠ ਕੇ ਉਹ ਰੋਕਣਾ ਸ਼ੁਰੂ ਕਰ ਦਿੰਦੇ। ਔਰ ਕਈ ਤਰ੍ਹਾਂ ਦੀਆਂ ਗੱਲਾਂ ਕਰਨਾ ਸ਼ੁਰੂ ਕਰ ਦਿੰਦੇ ਐ ਕਈ ਫੁਰਨੇ ਅੰਦਰ ਪਾਣਾ ਸ਼ੁਰੂ ਕਰ ਦਿੰਦੇ ਐ ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਐ ਕਿ ਮਨ ਦੀ ਸੰਗਤ ਛੱਡ ਦਿਓ ਹਾਂਜੀ ਜਗਤ ਜਾਲ ਸਭ ਤੋਂ ਖਾ ਜਾਣੋ ਮਨ ਮੁਰਕਾ ਸੰਗ ਕੀਨੀ ਯਾਰੀ ਕਈ ਵਾਰਾ ਜ਼ੋਰ ਫਰਮਾਉਂਦੇ ਹੁੰਦੇ ਸੀ ਕਿ ਛੋਟਾ ਜਿਹਾ ਪੌਦਾ ਇੱਕ ਦਰਖਤ ਦਾ ਲਗਾਉਂਦਾ ਹੈ ਬੰਦਾ ਉਹਦਾ ਫਲ ਖਾਣ ਵਾਸਤੇ ਉਹਦੀ ਮਿਹਨਤ ਕਰਦਾ ਹੈ ਸਾਂਭ ਕਰਦਾ ਹੈ ਉਹਦੀ ਖੁਰਾਕ ਦਿੰਦਾ ਹੈ ਹਰ ਵਕਤ ਉਹਦਾ ਧਿਆਨ ਰੱਖਦਾ ਹੈ ਜਦੋਂ ਬੜਾ ਪ੍ਰਾਪਤ ਹੁੰਦਾ ਜਦੋਂ ਉਸ ਨੂੰ ਫਲ ਲੱਗਦਾ ਹੈ ਫਿਰ ਉਹਨੂੰ ਮਿਲਦਾ ਹੀ ਨਹੀਂ ਲਾਣ ਵਾਲੇ ਨੂੰ ਮਿਲਦਾ ਹੀ ਨਹੀਂ ਲਾਣ ਵਾਲੇ ਨੂੰ ਕੁਝ ਵੀ ਨਹੀਂ ਮਿਲਦਾ ਇਹ ਮਿਸਾਲ ਸਾਡੀ ਹੈ ਕਿ ਕੋਈ ਵੀ ਇਨਸਾਨ ਹੈ ਦੁਨੀਆ ਦਾ ਜੋ ਵੀ ਸਾਡਾ ਬਾਲ ਬੱਚਾ ਕਬੀਲਾ ਕੁਛ ਵੀ ਹੈਗਾ ਇਹ ਸਾਡੇ ਇੱਕ ਪੌਦੇ ਹੈ ਇੱਕ ਪੌਦਾ ਲਗਾਉਂਦਾ ਹੈ ਇਨਸਾਨ ਕਿਸ ਵਾਸਤੇ ਕਿ ਸਾਡੇ ਔਖੇ ਸੌਖੇ ਵੇਲੇ ਵਾਸਤੇ ਸਾਡੀ ਕੋਈ ਮਦਦ ਕਰੇਗਾ ਪਰ ਜਦ ਵੱਡ ਪ੍ਰਾਪਤ ਹੁੰਦਾ ਹੈ ਤੋ ਜਵਾਬ ਹੀ ਦੇ ਦਿੰਦਾ ਉਹ ਫਲ ਦਿੰਦਾ ਹੀ ਨਹੀਂ ਗੁਰੂ ਸਾਹਿਬ ਦੀ ਧੋਖਾ ਦੱਸ ਰਿਹਾ ਹੈ ਇਹ ਜਗਤ ਦਾ ਜਾਲ ਦੇ ਵਿੱਚ ਤੂੰ ਫਸਿਆ ਜਿਹੜਾ ਇਹ ਤੈਨੂੰ ਧੋਖਾ ਲੱਗ ਰਿਹਾ ਹੈ ਇਹ ਲਾਰਾ ਲੱਪਾ ਲਾ ਕੇ ਤੇਰੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਤੂੰ ਈਸ਼ਵਰ ਦੀ ਭਗਤੀ ਨਹੀਂ ਕਰਦਾ ਈਸ਼ਵਰ ਦੀ ਭਗਤੀ ਵਾਸਤੇ ਤੂੰ ਇਹੀ ਸੋਚਦਾ ਹੈ ਕਿ ਮੈਂ ਮਕਾਨ ਬਣਾ ਕੇ ਕਰਾਂਗਾ ਮੈਂ ਪੈਸੇ ਜੋੜ ਕੇ ਕਰਾਂਗਾ ਮੈਂ ਨੌਕਰੀ ਕਰਕੇ ਕਰਾਂਗਾ ਭਗਤੀ ਨਾ ਇਹ ਮੁੱਖ ਜਾਣੀਆਂ ਚੀਜ਼ਾਂ ਦੇ ਨਾਲ ਹੀ ਇੱਕ ਭਗਤੀ ਹੋਣੀ ਹੈਗੀ ਇਹ ਮਨ ਸਾਡੇ ਵਿੱਚ ਜੋ ਚੀਜ਼ਾਂ ਪਾਉਂਦਾ ਏ ਕਰਨਾ ਪਾਉਂਦਾ ਏ ਸਾਨੂੰ ਭਗਤੀ ਵੱਲ ਜਾਣ ਨਹੀਂ ਦਿੰਦਾ ਹਾਂਜੀ ਜਗਤ ਜਾਲ ਸਭ ਤੋਂ ਖਾ ਜਾਣੋ ਮਨ ਮੂਰਖ ਸੰਗ ਕੀ ਨਿਆਰੀ ਇਸ ਕਾ ਸੰਗ ਤਜੋ ਤੁਮ ਛਿਨ ਛਿਨ ਨਹੀਂ ਜੇ ਲੇਗਾ ਜਾਨ ਤੁਮਹਾਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਇਸ ਦਾ ਸੰਗ ਤਜ ਦਿਓ ਨਹੀਂ ਤਾਂ ਤੁਹਾਡੀ ਜਾਨ ਲੈ ਲਏਗਾ ਤੋ ਲੈ ਵੀ ਰੇ ਨਾ ਔਰ ਲੈ ਵੀ ਰੇ ਇਸ ਝੂਠ ਵੀ ਨਹੀਂ ਜੋ ਬਾਣੀ ਚ ਗੁਰੂ ਸਾਹਿਬ ਜੀ ਫਰਮਾ ਰਿਹਾ ਐ ਇਹ ਠੀਕ ਫਰਮਾ ਰਿਹਾ ਕੀ ਬੰਦੇ ਦੇ ਪੱਲੇ ਰਹਿਣ ਡਿਆ ਈਸ਼ੁਰ ਦਾ ਨਾਮ ਨਹੀਂ ਜਪਿਆ ਜਿਨ੍ਹਾਂ ਵਾਸਤੇ ਜਪਿਆ ਨਹੀਂ ਉਹ ਵੀ ਨਹੀਂ ਬਣਦੇ ਜਿਨ੍ਹਾਂ ਵਾਸਤੇ ਨਹੀਂ ਜਪਦਾ ਦਿਨ ਰਾਤ ਮਿਹਨਤ ਕਰਦਾ ਹੈ ਬਣਦੇ ਉਹ ਵੀ ਨਹੀਂ ਕੀ ਕੀਤਾ ਫਿਰ ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾਰੇ ਠੀਕ ਫਰਮਾਰੇ ਜਾਣੀ ਗਈ ਹੈ ਬੰਦੇ ਦੀ ਬਚਪਨੇ ਤੋਂ ਕੰਮ ਕਰਨਾ ਸ਼ੁਰੂ ਕਰਦਾ ਹੈ ਸ਼ਰੀਰ ਕਮਣ ਲੱਗ ਪੈਂਦਾ ਹੈ ਹਾਰੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਗੱਲਾਂ ਬਾਤਾਂ ਮੁੱਕ ਜਾਂਦੀਆਂ ਸਾਰੀਆਂ ਇਹ ਮੌਤ ਦੇ ਘਾਟ ਪਰ ਪਹੁੰਚ ਜਾਂਦਾ ਹੈ ਜੋ ਬਾਣੀ ਜੀ ਗੁਰੂ ਸਾਹਿਬ ਜੀ ਫਰਮਾਰੇ ਠੀਕ ਫਰਮਾਰੇ ਹੈ ਇਹ ਹੀ ਹੋ ਰਿਹਾ ਹੈਗਾ ਹਾਂਜੀ ਇਸ ਕਾ ਸੰਗਤ ਜੋ ਤੂੰ ਛੇਨ ਛੇਨ ਨਹੀਂ ਇਹ ਲੇਗਾ ਜਾਨ ਤੁਮਾਰੀ ਸੰਤ ਹੀ ਕਹਿੰਦੇ ਭਾਈ ਭਜਨ ਕਰੋ ਈਸ਼ਵਰ ਦਾ ਨਾਮ ਜਪੋ ਨਹੀਂ ਤਾਂ ਇਹ ਤੁਹਾਡੀ ਜਾਨ ਲੈ ਲਏਗਾ ਤੁਸੀਂ ਜਲਦੀ ਤੂੰ ਜਲਦੀ ਛਣ ਕਹਿੰਦੇ ਜਲਦੀ ਤੂੰ ਜਲਦੀ ਆਪਣਾ ਕਾਂਡਾ ਬਦਲ ਦਿਓ ਈਸ਼ਵਰ ਦਾ ਨਾਮ ਜਪੋ ਆਪਣਾ ਕੰਮ ਵੀ ਕਰ ਲਓ ਕੁਛ ਨਾ ਕੁਛ ਨਹੀਂ ਤਾਂ ਤੁਹਾਡੀ ਇਹ ਜਾਨ ਲੈ ਲਏਗਾ ਇਹ ਕੁਛ ਨਹੀਂ ਤੁਹਾਡੇ ਪੱਲੇ ਰੱਖੇਗਾ ਹਾਂਜੀ ਆਪਣੇ ਘਰ ਸੇ ਦੂਰ ਪੜੋਗੇ ਚੋਰਾਸੀ ਕੇ ਤੱਕ ਖਾਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਆ ਆਪਣੇ ਘਰ ਤੋਂ ਦੂਰ ਚਲੇ ਜਾਓਗੇ ਫਿਰ ਬਹੁਤ ਦੂਰ ਹੋ ਜਾਓਗੇ ਆਪਣੇ ਘਰ ਤੋਂ ਤੋਾਨੂੰ ਆਪਣਾ ਘਰ ਬਿਸਰ ਜਾਏਗਾ ਤੁਸੀਂ ਆਪਣੇ ਘਰ ਤੱਕ ਪਹੁੰਚ ਨਹੀਂ ਸਕਦੇ ਜਦ 84 ਦੇ ਵਿੱਚ ਚਲਾ ਗਏ ਫਿਰ ਤੁਸੀਂ ਆਪਣੇ ਘਰ ਕਿੱਥੇ ਜਾਣਾ ਫਿਰ ਕਿੱਥੇ ਜਾਣਾ ਸੱਚਖੰਡ ਇਹ ਨਹੀਂ ਜਾ ਸਕਦਾ 84 ਬਹੁਤ ਬੜੀ ਹੈ 84 ਜੰਗਲ ਬਣ ਦੱਸਿਆਗਾ ਇਹ ਬਹੁਤ ਬੜੀ ਹੈ ਇਹਨੂੰ ਪੋਗਤਣਾ ਬੜਾ ਔਖਾ ਹੈਗਾ ਜੋ ਗੁਰੂ ਸਾਹਿਬ ਜੀ ਬਾਣੀ ਚ ਫਰਮਾਰੇ ਠੀਕ ਫਰਮਾਰੇ अगर तुम ऐसा ना करोगे बदलोगे नहीं छिण छिन नहीं बदलोगे फिर तुम अपने घर तो दूर चले जाओगे चौरासी भी चले जाओगे हाँ जी अपने घर से दूर पड़ोगे चौरासी तक खा ਬੜੀ ਕੋਗਤ ਮੇ ਜਾਏ ਪੜੋਗੇ ਵਹਾਂ ਸੇ ਤੁਮ ਕੋ ਕੌਣ ਨਿਕਾਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਬਹੁਤ ਬੜੀ ਮੁਸ਼ਕਲ ਚ ਫਸ ਜਾਓਗੇ ਫਿਰ ਤੁਹਾਨੂੰ ਉਸ ਮੁਸ਼ਕਲ ਚ ਕੌਣ ਕੱਢੇਗਾ ਕੌਣ ਤੁਹਾਨੂੰ ਉਸ ਮੁਸ਼ਕਲ ਚੋਂ ਕੱਢੇਗਾ ਕੌਣ ਉਸ ਦੁੱਖ ਚੋਂ ਤੁਹਾਨੂੰ ਕੱਢੇਗਾ ਤੁਸੀਂ ਬਹੁਤ ਲੰਬੇ ਰਸਤੇ ਪੈ ਜਾਓਗੇ ਇਹ ਤੁਹਾਨੂੰ ਉਹਦੇ ਚੋਂ ਕੱਢੇਗਾ ਕੌਣ ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਹਾਂਜੀ ਬੜੀ ਕੋ ਗਤ ਮੈਂ ਜਾਏ ਪੜੋਗੇ वहा से तुम को कौन निकारी।, निकारी ताते अब ही कहना मानो राधा स्वामी कहत विचारि ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਤਾਂ ਤੇ ਤੁਸੀਂ ਜਲਦੀ ਤੂੰ ਜਲਦੀ ਕਹਿਣਾ ਮੰਨੋ ਜਲਦੀ ਤੂੰ ਜਲਦੀ ਸੰਤਾਂ ਮਹਾਂਪੁਰਖਾਂ ਦਾ ਕਹਿਣਾ ਮੰਨੋ ਉਹ ਤੁਹਾਨੂੰ ਉਸ ਮੁਸ਼ਕਲ ਚੋਂ ਕੱਢਣਗੇ ਹੋਰ ਕੋਈ ਤੁਹਾਨੂੰ ਉਸ ਮੁਸ਼ਕਲ ਵਿੱਚੋਂ ਕੱਢ ਨਹੀਂ ਸਕਦਾ ਜੋ ਸਾਡੇ ਅੱਗੇ ਉਹ ਸਮਾਂ ਆ ਜਾਣਾ ਹੈ ਚਰਾਸੀ ਦਾ ਚੱਕਰ ਤੇ ਅਸੀਂ ਪੈ ਜਾਣਾ ਹੈ ਸਾਨੂੰ ਕੌਣ ਉੱਥੇ ਸਾਡੀ ਰਿਹਾਈ ਕਰੇਗਾ ਕੌਣ ਸਾਡੀ ਮਦਦ ਕਰੇਗਾ ਨਾ ਕੋਈ ਸਾਡਾ ਸੱਜਣ ਮਿੱਤਰ ਜਾ ਸਕਦਾ ਹੈ ਨਾ ਸਾਡਾ ਪਰਿਵਾਰ ਜਾ ਸਕਦਾ ਹੈ ਨਾ ਸਾਡਾ ਕੋਈ ਹੋਰ ਸੱਜਣ ਜਾ ਸਕਦਾ ਹੈ ਕੀ ਕਰਾਂਗੇ ਅਸੀਂ ਉੱਥੇ ਉੱਥੋਂ ਸਾਡਾ ਸਤਗੁਰੂ ਹੀ ਕੱਢੇਗਾ ਕੋਈ ਮਹਾਪੁਰਖ ਸਾਨੂੰ ਜੁਗਤੀ ਨਾਲ ਕੱਢਣਗੇ ਹੋਰ ਨਹੀਂ ਕੋਈ ਕਰ ਸਕਦਾ ਹਾਂਜੀ ਤਾਤੇ ਅਬ ਹੀ ਕਹਿਨਾ ਮਾਨੋ ਰਾਧਾ ਸਵਾਮੀ ਕਹਿਤ ਵਿਚਾਰੀ